ਮਾਈ ਟੀ ਵੀ ਦੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ, ਪ੍ਰੋਗਰਾਮ ਡੀ ਸੀ ਨਾਈਟ ਵਿਦ ਪਾਲ ਬਾਠ ਲੈ ਕੇ ਅਮੈਰੀਕਾ ਦੀ ਧਰਤੀ, ਖਾਸ ਕਰਕੇ ਵਾਸ਼ਿੰਗ ਡੀ ਸੀ ਤੋਂ ਤੁਹਾਡੇ ਰੂਬਰੂ ਹੋਇਆ। ਔਰ ਅੱਜ ਦਾ ਜਿਹੜਾ ਆਪਣਾ ਸੈਗਮੈਂਟ ਹੈ ਉਹਦਾ ਇੱਕ ਬਹੁਤ ਹੀ ਪਿਆਰਾ ਨਾਂ ਲੈ ਕੇ ਮੈਂ ਅੱਜ ਸੈਗਮੈਂਟ ਸ਼ੁਰੂ ਕਰਨਾ ਚਾਹੁੰਦਾ, ਦ ਵੈਲ ਵਿਸ਼ਰਸ ਦਾ ਪੰਜਾਬ। ਪੰਜਾਬ ਦੀ ਰਾਜਨੀਤੀ ਦੇ ਉੱਤੇ, ਇਲੈਕਸ਼ਨ ਦੇ ਉੱਤੇ ਬੇਅੰਤ ਚਰਚਾ ਹੋ ਚੁੱਕੀ ਹੈ, ਆਪਣੇ ਆਪਣੇ ਕਿਆਫੇ ਲੱਗ ਚੁੱਕੇ ਨੇ, ਪਰ ਹਕੀਕਤ ਇੱਥੇ ਆਣ ਖੜੀ ਹੈ ਕਿ ਅੱਜ ਟੁਡੇ ਵੀ ਹੈਵ ਇਲੈਕਟਿਡ ਗਵਰਨਮੈਂਟ, ਔਰ ਉਹ ਤੋਂ ਬਹੁਤ ਉਮੀਦਾਂ ਨੇ। ਅਤੇ ਇਸ ਵਿਸ਼ੇ ਨੂੰ ਸਾਂਝਾ ਕਰਨ ਲਈ ਉਹ ਪਰਸਨੈਲਿਟੀ ਸਾਡੀਆਂ ਉਹ ਉੱਘੀਆਂ ਸ਼ਖਸੀਅਤਾਂ ਵਾਸ਼ਿੰਗਟਨ ਡੀ ਸੀ, ਵਰਜੀਨੀਆ ਅਤੇ ਮੈਰੀਲੈਂਡ ਦੀਆਂ, ਜਿਹੜੀਆਂ ਹਰ ਕਾਰਜ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ ਨੇ। ਰਾਧਾ ਨਾਲ ਸਿੱਖ ਦੇ ਆਲਵੇਜ਼ ਟੇਕ ਦ ਲੀਡਿੰਗ ਰੋਲ। ਉਹਨਾਂ ਦਾ ਇੱਕੋ ਮੁੱਦਾ ਕਿ ਸਾਡੀ ਕਮਿਊਨਿਟੀ, ਜਿਹਨੂੰ ਮੈਂ ਪੰਜਾਬੀ 'ਚ ਕਹਿੰਦਾ ਉਹਨਾਂ ਕਬੀਲਾ, ਉਹ ਅਸੀਂ ਵਧਾਉਣਾ, ਫੈਲਾਉਣਾ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਅਸੀਂ ਉੱਪਰ ਲੈ ਕੇ ਜਾਣਾ। ਸੋ ਤੁਹਾਡੀ ਇਜਾਜ਼ਤ ਨਾਲ ਮੈਂ ਜੀ ਹਾਂ ਕਹਿਣਾ ਚਾਹੁੰਦਾ ਔਰ ਇੰਟਰੋਡਿਊਸ ਕਰਨਾ ਚਾਹੁੰਦਾ ਇੱਕ ਇੱਕ ਪਰਸਨੈਲਿਟੀ ਨੂੰ। ਸਭ ਤੋਂ ਪਹਿਲਾਂ ਮੇਰੇ ਨਾਲ ਖੱਬੇ ਹੱਥ ਸਰਦਾਰ ਅਮਰਜੀਤ ਸਿੰਘ ਸੰਧੂ, ਬਿਜ਼ਨਸਮੈਨ ਜੀ ਆਇਆਂ ਨੂੰ, ਨਾਲ ਨੇ ਸਰਦਾਰ ਇੰਦਰਵੀਰ ਸਿੰਘ ਸਮਰਾ ਸਾਹਿਬ, ਉਹਨਾਂ ਦੇ ਨਾਲ ਬੈਠੇ ਨੇ ਖੱਬੇ ਹੱਥ ਦੇ ਉੱਤੇ ਸਰਦਾਰ ਪ੍ਰਤਾਪ ਸਿੰਘ ਗਿੱਲ, ਅਤੇ ਅਖੀਰ ਦੇ ਵਿੱਚ ਸਾਡੇ ਲੋਕਲ USA ਦੀ ਪੋਲਿਟਿਕਸ ਦੇ, ਮੈਂ ਤਾਂ ਮਾਰ ਕਹਾਂਗਾ, ਸਾਡੀ ਕਮਿਊਨਿਟੀ ਦੇ ਵਿੱਚ ਸਰਦਾਰ ਮਹਿਤਾਬ ਸਿੰਘ ਕਾਲੋ ਸਾਹਿਬ ਬੈਠੇ ਨੇ। ਉਸ ਤੋਂ ਸਭ ਤੋਂ ਪਿੱਛੇ ਸਰਦਾਰ ਹਰਪ੍ਰੀਤ ਸਿੰਘ ਗਿੱਲ, ਹਾਜੀ ਗਿੱਲ ਸਾਹਿਬ ਜੀ ਆਇਆਂ ਨੂੰ ਤੁਹਾਨੂੰ, ਅਤੇ ਨਾਲ ਨੇ ਸਾਡੇ ਵੀਰ ਪਰਮਿੰਦਰ ਸਿੰਘ ਸੰਧੂ, ਸਰਦਾਰ ਗੁਰਵਿੰਦਰ ਸਿੰਘ, ਅਤੇ ਅਖੀਰ ਦੇ ਵਿੱਚ ਸਟੀਵਨ ਸਰਕਾਰੀਆ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ, ਅਤੇ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਇਸ ਵਿਸ਼ੇ ਨੂੰ ਅੱਗੇ ਤੋਰਦੇ ਹੋਏ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਭਾਅ ਜੀ ਮਹਿਤਾਬ ਸਾਹਿਬ ਤੁਹਾਡੇ ਨਾਲ, ਕਿਉਂਕਿ ਤੁਸੀਂ ਇੱਥੇ ਲੋਕਲ ਪੋਲਿਟਿਕਸ ਦੇ ਵਿੱਚ ਹਿੱਸਾ ਲੈਂਦੇ ਹੋ, ਤੁਸੀਂ ਇੱਥੇ ਰੀਸੈਂਟਲੀ ਜੋ ਇਲੈਕਸ਼ਨ ਹੋਈ ਆ ਉਹਦੇ ਵਿੱਚ ਵੀ ਪਾਰਟੀਸਪੇਟ ਕੀਤਾ, ਔਰ ਬੜੀ ਖੁਸ਼ੀ ਦੀ ਗੱਲ ਕਿ ਸਾਡਾ ਤੁਸੀਂ ਚਿਹਰਾ ਬਣ ਕੇ ਜਾਂਦੇ ਹੋ ਇਸ ਕਮਿਊਨਿਟੀ ਦੇ ਵਿੱਚ, ਲੇਕਿਨ ਦਿਲ ਦੇ ਵਿੱਚ ਪੰਜਾਬ ਵਸਿਆ, ਪੰਜਾਬੀਅਤ ਵਸੀ ਹੋਈ ਆ, ਮਾਂ ਬੋਲੀ ਪੰਜਾਬੀ ਵਸੀ ਹੈ, ਅਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਉਹ ਦਰਦ, ਉਹ ਤਾਂਘ ਹਮੇਸ਼ਾ ਵਸੀ ਰਹਿੰਦੀ ਹੈ ਪੰਜਾਬ ਪ੍ਰਤੀ। ਅੱਜ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਵੀ ਹੈਵ ਇਲੈਕਟਡ ਗਵਰਨਮੈਂਟ ਕਾਂਗਰਸ ਦੀ ਹੈ, ਅੱਜ ਆਪਾਂ ਇੱਥੇ ਕਿਸੇ ਇੱਕ ਪਾਰਟੀ ਨੂੰ ਰਿਪ੍ਰਜੈਂਟ ਕਰਨੀ ਹੈ, ਸਾਡੇ ਕਿ ਵਿਚਾਰ ਅਲੱਗ ਅਲੱਗ ਦੇ ਕਿਸੇ ਨਾ ਕਿਸੇ ਪਾਰਟੀ ਨਾਲ ਦੇ ਹੋਣਗੇ, ਜਿਵੇਂ ਕਿ ਭਾਅ ਜੀ ਗਿੱਲ ਸਾਹਿਬ ਅਕਾਲੀ ਦਲ ਦੇ ਬੈਠੇ ਨੇ, ਸੰਧੂ ਸਾਹਿਬ ਆਮ ਆਦਮੀ ਪਾਰਟੀ ਬੈਠੇ ਨੇ, ਸਰਕਾਰੀਆ ਸਾਹਿਬ ਪਿੱਛੇ ਕਾਂਗਰਸ ਦੇ ਬੈਠੇ ਨੇ, ਪਰ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਬੈਠੇ ਹਾਂ ਅੱਜ, ਸਿਰਫ ਔਰ ਸਿਰਫ ਪੰਜਾਬ ਦੀ ਭਲਾਈ ਡਿਸਕਸ ਕਰਨ ਲਈ ਬੈਠੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਕਿੱਥੇ ਖੜ੍ਹਾ ਅਤੇ ਕਿਹੜੀ ਦਿਸ਼ਾ ਜਾਣਾ ਚਾਹੀਦਾ? ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ ਪਾਲ ਬਾਠ, ਤੁਸੀਂ ਮੌਕਾ ਦਿੱਤਾ, ਤੁਹਾਡਾ ਬਹੁਤ ਧੰਨਵਾਦ, ਮਾਈ ਟੀ ਵੀ ਦਾ ਬਹੁਤ ਧੰਨਵਾਦ। ਵੇਖੋ, ਆਪਣੇ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਕਿ ਜਦੋਂ ਕੁੜੀ ਵਿਆਹ ਕੇ ਸਹੁਰੇ ਚਲੇ ਜਾਂਦੀ ਹੈ ਅਤੇ ਉਹ ਜਿੰਨਾ ਮਰਜ਼ੀ ਉੱਥੇ ਵੱਡਾ ਘਰ ਹੋਵੇ, ਜੋ ਕੁਛ ਵੀ ਹੋਵੇ, ਪਰ ਉਹ ਹਮੇਸ਼ਾ ਪਿੱਛੇ ਦੇਖਦੀ ਹੈ ਕਿ ਪੇਕਿਆਂ ਤੋਂ ਠੰਡੀ ਹਵਾ ਆ ਰਹੀ ਕਿ ਨਹੀਂ ਆ ਰਹੀ, ਪੇਕਿਆਂ ਦੇ ਸਿਰ ਦੇ ਉੱਤੇ ਹੀ ਸਹੁਰਿਆਂ 'ਚੋਂ ਜਿਉਂਦੀ ਹੈ। ਅਤੇ ਜਿਹੜੇ ਪੰਜਾਬੀ ਅਸੀਂ ਇੱਥੇ ਆ ਗਏ ਹਾਂ, ਕੋਈ 20 ਸਾਲ ਤੋਂ, ਕੋਈ 30 ਸਾਲ ਤੋਂ, ਕੋਈ 50 ਸਾਲ ਤੋਂ, ਸਾਡੀਆਂ ਜੜ੍ਹਾਂ ਸਾਡੇ ਪੇਕੇ ਉੱਥੇ ਹੀ ਨੇ ਜੀ, ਅਸੀਂ ਉੱਥੇ ਜੁੜੇ ਰਹਿਣਾ ਹੈ ਜਦੋਂ ਤੱਕ ਸਾਡੇ ਸਾਹ ਦੇ ਨਾਲ ਸਾਹ ਚੱਲਣਾ ਹੈ, ਭਾਵੇਂ ਅਸੀਂ ਇੱਥੇ ਕਿੰਨੇ ਵੱਡੇ ਮਾਰਕੇ ਮਾਰ ਲਈਏ। ਵੈਰੀ ਟਰੂ। ਅਤੇ ਕਿਉਂਕਿ ਪੰਜਾਬੀ ਇਹ ਸੁਭਾਅ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਸਰਬੱਤ ਦੇ ਭਲੇ ਦਾ ਸਾਨੂੰ ਸੰਕਲਪ ਦਿੱਤਾ, ਤਾਂ ਅਸੀਂ ਤਾਂ ਜਿੱਥੇ ਵੀ ਜਾਂਦੇ ਹਾਂ ਉੱਥੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਰੋਜ਼ ਅਰਦਾਸ ਜਿਹੜੀ 2 ਵਾਰੀ ਸਿੱਖ ਕਰਦਾ ਹੈ ਸਵੇਰੇ ਸ਼ਾਮ, ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਅਤੇ ਫਿਰ ਜਿਹੜੇ ਸਾਡੇ ਆਪਣੇ ਭੈਣ ਭਰਾ ਉਹਨਾਂ ਦੇ ਭਲੇ ਦੀ ਗੱਲ ਕਿਉਂ ਨਾ ਕੀਤੀ ਜਾਵੇ। ਹਮੇਸ਼ਾ ਹੀ ਜਿਹੜੇ NRIs ਨੇ ਉਹ ਹਮੇਸ਼ਾ ਹੀ ਪੰਜਾਬ ਦੀ ਸਿਆਸਤ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਵੈਲ ਵਿਸ਼ਰ ਕਹਿ ਲਓ, ਸ਼ੁਭ ਚਿੰਤਕ ਕਹਿ ਲਓ, ਪੰਜਾਬ ਦੀ ਇਕੋਨੋਮੀ ਕਹਿ ਲਓ, ਉਹਦੇ ਨਾਲ ਜੁੜੇ ਰਹਿੰਦੇ ਨੇ। ਅਤੇ ਇਸੇ ਸੰਦਰਭ ਦੇ ਵਿੱਚ ਅੱਜ ਵੀ ਜਿਹੜੇ ਬਹੁਤ ਸਾਰੇ ਜਿਹੜੇ ਭਰਾ ਆਪਣੇ ਨਾਲ ਬੈਠੇ ਨੇ, ਇਹ ਸਾਰੇ NRI ਨੇ, ਉਸ ਤਾਂ ਮੇਰੇ ਤੋਂ ਪਹਿਲਾਂ ਹੀ ਆਏ ਹੋਣ, ਇਹ ਤਾਂ ਹੀ ਅੱਜ ਇੱਥੇ ਬੈਠੇ ਨੇ ਕਿ ਸਾਡੇ ਸਾਰਿਆਂ ਦਾ ਇੱਕ ਸੁਪਨਾ ਹੈ ਕਿ ਜਿਸ ਮੁਲਕ 'ਚ ਅਸੀਂ ਰਹਿ ਰਹੇ ਹਾਂ, ਇੱਦਾਂ ਦਾ ਹੀ ਕਿਤੇ ਮੁਲਕ, ਇੱਦਾਂ ਦਾ ਹੀ ਕਿਤੇ ਪੇਕਾ ਸਾਡੇ ਪਿੰਡ ਵੀ ਵਸੇ, ਸਾਡਾ ਪਿੰਡ ਵੀ ਵਸੇ, ਕੋਈ ਸ਼ੱਕ ਨਹੀਂ। ਭਾਅ ਜੀ ਪ੍ਰਤਾਪ ਹੁਣੀ ਜਾ ਕੇ ਆਏ ਨੇ ਪੰਜਾਬ ਇਲੈਕਸ਼ਨ ਦੇ ਵਿੱਚ, ਇਹਨਾਂ ਨੇ ਰੈਪ੍ਰਜੈਂਟ ਕੀਤਾ ਉੱਥੇ ਆਪਣੀ ਪਾਰਟੀ ਨੂੰ, ਅਕਾਲੀ ਦਲ ਬਾਦਲ ਨੂੰ, ਸਮਰਾ ਸਾਹਿਬ ਜਾ ਕੇ ਆਏ ਨੇ, ਸੰਧੂ ਸਾਹਿਬ ਜਾ ਕੇ ਨੇ, ਭਾਅ ਜੀ ਹਰਪ੍ਰੀਤ ਗਿੱਲ ਪਿੱਛੇ ਬੈਠੇ ਨੇ, ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਰੈਪ੍ਰਜੈਂਟ ਕੀਤਾ ਔਰ ਸ਼ਾਇਦ ਇਸੇ ਭਾਵਨਾ 'ਚ ਕੀਤਾ ਸਾਰਿਆਂ ਨੇ। ਸੰਧੂ ਸਾਹਿਬ ਮੈਂ ਤੁਹਾਨੂੰ ਇਹ ਜਿਵੇਂ ਭਾਅ ਜੀ ਨੇ ਆਖਿਆ, ਤੁਸੀਂ ਲੈਟਸ NRIs ਗੱਲ ਕੀਤੀ, ਆਪਾਂ ਉੱਥੋਂ ਹੀ ਗੱਲ ਲੈ ਲਓ, ਤੁਸੀਂ ਇੱਥੇ ਚੇਚੇ ਤੌਰ 'ਤੇ ਤਿੰਨ ਭਰਾ ਉੱਥੇ ਗਏ, ਤੁਸੀਂ ਟਾਈਮ ਤੋੜਿਆ, ਯੂ ਆਲ ਰੈਪ੍ਰਜੈਂਟ ਯੋਰ ਬਿਜ਼ਨਸਿਸ, ਉੱਥੋਂ ਟਾਈਮ ਲਿਆ, ਉਹ ਜਿਹੜਾ ਫੀਲ ਹੈ ਤੁਹਾਡਾ, ਜੋ ਡਿਜ਼ਾਇਰ ਹੈ, ਤੁਸੀਂ ਉੱਥੇ ਜਾ ਕੇ ਉਸ ਚੀਜ਼ ਨੂੰ
ਪੰਜਾਬੀਆਂ ਨਾਲ ਸ਼ੇਅਰ ਕੀਤਾ ਹੈ, ਉਹ ਐਕਸਪੀਰੀਅੰਸ ਦਿਓ ਸਾਨੂੰ ਥੋੜ੍ਹਾ ਜਿਹਾ ਫੀਲ ਦਿਓ ਉਹਦਾ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਤੁਸੀਂ ਇਸ ਸ਼ੋਅ 'ਚ ਬੁਲਾਇਆ। ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਉਹ ਇਸ ਲਈ ਕਿ ਪੰਜਾਬ ਦਾ ਪਿਛਲੇ ਜੋ 10-12 ਸਾਲ ਤੋਂ ਹਾਲਾਤ ਦੇਖ ਰਹੇ ਹਾਂ ਉਹ ਕਾਫੀ ਡਾਊਨ ਦਾ ਹਿੱਲ ਹੀ ਗਏ ਹੈ। ਪੰਜਾਬ ਜੋ ਨੰਬਰ 1 'ਤੇ ਹੁੰਦਾ ਸੀ ਇਸ ਵੇਲੇ ਸ਼ਾਇਦ 25-26 ਨੰਬਰ 'ਤੇ ਆ ਗਿਆ ਇੰਡੀਆ ਦੇ ਵਿੱਚ। ਐਜੂਕੇਸ਼ਨ ਲੈਵਲ ਸਾਡਾ ਇੰਨਾ ਜ਼ਿਆਦਾ ਗਿਰ ਚੁੱਕਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੈ ਸਾਡੇ ਸਟੂਡੈਂਟਸ ਨੂੰ ਕੋਈ ਮਾਨਤਾ ਵੀ ਦਿੱਤੀ ਜਾਂਦੀ ਹੈ, ਕਹਿ ਦਿੰਦੇ ਪੰਜਾਬ ਐਜੂਕੇਸ਼ਨ ਬੋਰਡ ਦਾ ਬੱਚਾ ਹੈ ਤਾਂ ਹੁਣ ਕੋਈ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਉਸ ਨੂੰ। ਖੇਤੀਬਾੜੀ ਜਿਹੜਾ ਸਾਡਾ ਮੇਨ ਸਾਡਾ ਜਿਹੜਾ ਸਾਡਾ ਕਲਚਰ ਹੈ ਜਾਂ ਖੇਤੀਬਾੜੀ ਜੋ ਸਾਡਾ ਹੈ ਉਹਦੇ ਵਿੱਚ ਬਿਲਕੁਲ ਅਸੀਂ ਜ਼ੀਰੋ ਹੋ ਚੁੱਕੇ ਹਾਂ ਕਿ ਤੁਸੀਂ ਦੇਖ ਚੁੱਕੇ ਹੋ ਸਾਡੇ ਜੋ ਕਿਸਾਨ ਹੈਗੇ ਸਾਡੇ ਜੋ ਜੱਟਪੜਾ ਹੈਗੇ ਆ ਕਿੰਨੇ ਕਰਜ਼ੇ ਨਾਲ ਦੱਬੇ ਹੋਏ ਆ। ਉਸੇ ਮੁੱਦੇ ਨੂੰ ਲੈ ਕੇ ਅਸੀਂ ਇੱਥੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਕਦੇ ਅਸੀਂ ਕੋਈ ਕਿਸੇ ਪੋਲੀਟੀਕਲ ਪਾਰਟੀ ਨੂੰ ਕਦੇ ਆਪਣੀ ਲਾਈਫ ਦੇ ਵਿੱਚ ਕਦੇ ਸਪੋਰਟ ਨਹੀਂ ਸੀ ਕੀਤਾ। ਉਸ ਨੂੰ ਲੈ ਕੇ ਅਸੀਂ ਪੰਜਾਬ ਗਏ, ਆਲਮੋਸਟ 26 ਜਨਵਰੀ 26 ਫਰਵਰੀ ਨੂੰ ਗਏ ਅਸੀਂ ਇਲੈਕਸ਼ਨ ਤੋਂ ਪਹਿਲਾਂ। ਅਸੀਂ ਤਕਰੀਬਨ 6-7 ਡਿਫਰੈਂਟ ਹਲਕਿਆਂ ਵਿੱਚ ਗਏ। ਉੱਥੇ ਇੱਕ ਹਲਕਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਗਰਾਓਂ, ਜਿੱਥੇ ਬੀਬੀ ਸਰਬਜੀਤ ਕੌਰ ਨੇ ਆਪਣਾ ਹਾਸਲ ਕੀਤੀ, ਜਿੱਤ ਹਾਸਲ ਕੀਤੀ ਹੈ। ਇਨਸਪਾਈਟ ਆਫ ਕਿ ਉਹ ਉਹਨਾਂ ਦਾ ਐਕਸੀਡੈਂਟ ਵੀ ਹੋ ਗਿਆ ਸੀਗਾ ਅਤੇ ਉਹ ਹੋਸਪਿਟਲ ਦੇ ਵਿੱਚ ਰਹੇ, ਪਰ ਉਹਨਾਂ ਦੇ ਜੋ ਸਪੋਰਟਰ ਸੀਗੇ ਉਹਨਾਂ ਵਿੱਚ ਇੰਨਾ ਇੱਕ ਐਨਥਿਊਜ਼ਮ ਸੀਗਾ, ਇੰਨਾ ਉਹਨਾਂ ਵਿੱਚ ਬਲਬਲਾ ਸੀਗਾ ਕਿ ਅਸੀਂ ਕੁਛ ਕਰਕੇ ਦਿਖਾਉਣਾ। ਉਹਨਾਂ ਨੇ ਸਾਨੂੰ ਵੀ ਪਰਸਨਲੀ ਕਿਹਾ ਕਿ ਤੁਸੀਂ ਮੇਰੇ ਏਰੀਏ ਵੀ ਥੋੜ੍ਹਾ ਟਾਈਮ ਸਪੈਂਡ ਕਰੋ। ਤਾਂ ਫਿਰ ਅਸੀਂ ਉਹਨਾਂ ਦੇ ਇੰਸਟਰਕਸ਼ਨ ਦੇ ਮੁਤਾਬਕ ਜਾਂ ਉਹਨਾਂ ਦੇ ਜੋ ਕੰਪੇਨ ਮੈਨੇਜਰ ਸੀ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਉੱਥੇ 1-2 ਪਿੰਡ ਵਿਜ਼ਿਟ ਕੀਤੇ। ਜੋ ਗਰਾਊਂਡ ਰਿਐਲਿਟੀ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਅਸੀਂ ਪਰਸਨਲੀ 2-3 ਟੀਮਾਂ ਬਣਾਈਆਂ ਅਤੇ ਹਰ ਘਰ ਦੇ ਵਿੱਚ ਪਰਸਨਲੀ ਜਾ ਕੇ ਆਏ। ਇੰਨੀ ਬੁਰੀ ਹਾਲਤ ਸੀਗੀ ਕਿ ਦੇਖ ਕੇ ਰੋਣਾ ਆ ਰਿਹਾ ਸੀਗਾ। ਕਿੱਥੇ ਪੰਜਾਬ ਇੱਕ ਖਾਬ ਹੁੰਦਾ ਸੀਗਾ, ਪੰਜਾਬ ਨੂੰ ਦੇਖਣ ਲੋਕ ਆਉਂਦੇ ਸੀਗੇ, ਕਿੱਥੇ ਹੁਣ ਪੰਜਾਬ ਦਾ ਹਾਲ ਹੈਗਾ। ਇੱਕੋ ਕਮਰਾ ਜਿਹਦੇ ਵਿੱਚ ਇੱਕ ਪਾਸੇ ਪਸ਼ੂ ਡੰਗਰ ਬੰਨੇ ਨੇ, ਇੱਕ ਪਾਸੇ ਇੱਕ ਬਜ਼ੁਰਗ ਵਿਚਾਰੇ ਜਿਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ, ਉਹ ਮੰਜੇ ਡਾਹੀ ਪਏ ਸੀ। ਇੱਕ ਪਾਸੇ ਉਹਦਾ ਛੋਟਾ ਜਿਹਾ ਚੁੱਲ੍ਹਾ ਜਿੱਥੇ ਉਹ ਮਾਤਾ ਰੋਟੀ ਪਾਣੀ ਬਣਾ ਰਹੀ ਸੀ। ਅਸੀਂ ਉਹਨਾਂ ਨੂੰ ਦੱਸਿਆ ਜੀ ਅਸੀਂ ਫਲਾਨੇ ਆਏ, ਅਸੀਂ ਐਨ ਆਰ ਆਈ ਹਾਂ। ਐਨ ਆਰ ਆਈ ਦੇ ਕਾਫੀ ਉਹਨਾਂ ਬਸ ਬਲਬਲਾ ਸੀਗਾ ਜਿਹੜੇ ਸਾਡੇ ਨਾਲ ਗਏ ਸੀ, ਉਹਨਾਂ ਨੇ ਇੰਟਰੋਡਿਊਸ ਕੀਤਾ ਕਿ ਬਾਹਰੋਂ ਆਏ ਆ, ਸਾਡਾ ਭਲਾ ਕਰਨ ਆਏ, ਉਹਨਾਂ ਕੋਈ ਕੁਰਸੀਆਂ ਨਹੀਂ ਚਾਹੀਦੀਆਂ। ਤਾਂ ਜਿਹੜੇ ਮਾਤਾ ਸੀ ਬੜੇ ਖੁੱਲ੍ਹੇ ਦਿਲ ਨਾਲ ਬੋਲੇ, ਕਹਿੰਦੇ ਦੇਖੋ ਜਦੋਂ ਵੋਟਾਂ ਵੇਲੇ ਸਾਰੇ ਕਹਿੰਦੇ ਆ ਤਾਂ ਅਸੀਂ ਤੁਹਾਡਾ ਸਭ ਕੁਛ ਕਰਾਂਗੇ, ਪਰ ਬਾਅਦ 'ਚ ਕੋਈ ਨਹੀਂ ਆਉਂਦਾ। ਅਸੀਂ ਕਹਿੰਦੇ ਉਹਨੂੰ ਪੈਸੇ ਦੇਣ ਵੀ ਆਉਣਗੇ, ਕਹਿੰਦੇ ਠੀਕ ਹੈ ਜੀ ਪੈਸੇ ਦੇਣ ਆਉਣਗੇ ਸਾਨੂੰ। ਸਾਨੂੰ ਤਾਂ ਉਸ ਵੇਲੇ ਇਹ ਚੰਗਾ ਲੱਗਾ ਸਾਨੂੰ ਪੈਸਾ ਮਿਲ ਗਿਆ, ਸਾਡਾ ਕੰਮ ਹੋ ਗਿਆ। ਰਾਈਟ, ਬਾਅਦ ਸਾਨੂੰ ਕਿਸੇ ਨੇ ਪੁੱਛਣਾ, ਕੋਈ MLA ਸਾਡੇ ਚਲੋ ਬਣ ਜਾਏ, MP ਬਣ ਜਾਏ, ਕੋਈ ਕਿਸੇ ਨੂੰ ਨਹੀਂ ਪੁੱਛਣਾ। ਇੱਕ ਹੋਰ ਪਿੰਡ 'ਚ ਗਏ, ਉੱਥੇ ਇਸ ਤੋਂ ਹੀ ਬਦਲਾਅ ਦੇਖਿਆ, ਨਾਲੀਆਂ ਬੁਰਾ ਹਾਲ, ਬੱਚੇ ਨੰਗੇ ਪੈਰ ਭੱਜੇ ਫਿਰਨ ਉੱਥੇ। ਇੱਕ ਤਾਂ ਉੱਥੇ ਤੁਹਾਨੂੰ ਪਤਾ ਮਾਹੌਲ ਐਸਾ ਹੋ ਜਾਂਦਾ ਕਿ ਜਦੋਂ ਕੋਈ ਬਾਹਰੋਂ ਆਉਂਦੇ ਬੱਚੇ ਵੈਸੇ ਪਿੱਛੇ ਬਣ ਜਾਂਦੇ ਆ, ਪਰ ਉਹਨਾਂ ਦਾ ਬਹੁਤ ਹੀ ਮੰਦਾ ਹਾਲ ਸੀਗਾ। ਦੂਸਰਾ ਇਹ ਦੇਖਿਆ ਕਿ ਇੱਕ ਉੱਥੇ ਬਲਬਲਾ ਜੋ ਆਮ ਆਦਮੀ ਪਾਰਟੀ ਦਾ ਸੀ ਕਿ ਆਮ ਬੰਦੇ ਉੱਥੇ ਪਿੱਛੇ ਜੋ ਬਿਨਾਂ ਜਿਵੇਂ ਆਮ ਤੁਸੀਂ ਕਹੋ ਕਾਂਗਰਸ ਜਾਂ ਜੋ ਵੀ ਨੋਮੀਨੇਟਡ ਪਾਰਟੀਜ਼ ਹੈਗੀਆਂ, ਟ੍ਰੈਡੀਸ਼ਨਲ ਪਾਰਟੀਜ਼ ਹੈਗੀਆਂ, ਉਹ ਇਹਨੂੰ ਬੁਲਾ ਕੇ ਲਿਆਉਂਦੀਆਂ ਬੰਦਿਆਂ ਨੂੰ ਕਿ ਤੁਸੀਂ ਸਾਡੇ ਮੀਟਿੰਗ ਵਿੱਚ ਆਓ ਜਾਂ ਸਾਡੇ ਜੋ ਰੈਲੀ ਕਰ ਉਹਦੇ ਵਿੱਚ ਆਓ, ਪਰ ਇੱਥੇ ਬੰਦੇ ਆਪਣੇ ਆਪ ਆ ਰਹੇ ਸੀ, ਇੰਨਾ ਜ਼ਿਆਦਾ ਉਹਨਾਂ ਵਿੱਚ ਸੀਗਾ। ਇਹ ਸੋਸ਼ਲ ਮੀਡੀਆ ਨੇ ਵੀ ਇਹ ਗੱਲ ਜਿਹੜੀ ਹੈ ਬਹੁਤ ਜਗਜ਼ਾਹਰ ਕੀਤੀ ਹੈ ਕਿ ਇੱਕ ਵਾਕਈ ਬਹੁਤ ਹਵਾ ਸੀਗੀ, ਐਂਡ ਰਿਜ਼ਲਟ ਜੋ ਵੀ ਹੋਇਆ ਚਲੋ, ਬਟ ਅੱਜ ਆਪਾਂ ਕਾਂਗਰਸ ਸਰਕਾਰ ਆ ਗਈ, ਉਹ ਵੀ ਵੱਡੇ ਵੱਡੇ ਲੈਕਚਰ ਦੇ ਰਹੇ ਨੇ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ, ਪਰ ਗਵਰਨਰ ਦਾ ਜਿਹੜਾ ਭਾਸ਼ਣ ਹੈ ਉਹ ਦੱਸਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਪਿਆ। ਸਮਾ ਸਾਹਿਬ ਕੁਐਸਚਨ ਤੁਹਾਡੇ ਵੱਲ ਨੂੰ ਹੈ ਕਿ ਜੇ ਉੱਥੇ ਪੈਸਾ ਹੈ ਨਹੀਂ ਤਾਂ ਫਿਰ ਸਰਕਾਰ ਕੀ ਕਰ ਸਕਦੀ ਹੈ? ਸੋ ਵਾਟ ਆਰ ਦਾ ਸਟੈਪਸ ਦੈਟ ਦ ਕਰੰਟ ਗਵਰਨਮੈਂਟ ਹੈਵ ਟੂ ਟੇਕ? ਪਹਿਲੀ ਗੱਲ ਤਾਂ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਸਾਨੂੰ ਇੱਥੇ ਲਿਆਉਣ ਦਾ। ਜਿਹੜਾ 1,80,000 ਕਰੋੜ ਦਾ ਕਰਜ਼ਾ ਹੈਗਾ ਪੰਜਾਬ 'ਤੇ, ਉਹ ਬੜਾ ਮਤਲਬ ਵੀ ਵੱਡੀ ਪ੍ਰੋਬਲਮ ਹੈਗੀ ਹੈ, ਅਤੇ ਰੈਵਨਿਊ ਪੰਜਾਬ ਦੇ ਕੋਲ ਕੋਈ ਹੈ ਨਹੀਂ। ਰਾਈਟ, ਇਨਕਮ ਟੈਕਸ ਹੈਗਾ ਉਹ ਸੈਂਟਰ ਨੂੰ ਜਾਂਦਾ, ਓਨਲੀ ਸੇਲ ਟੈਕਸ ਹੈ ਅਤੇ ਐਗਰੀਕਲਚਰ 'ਤੇ ਕੋਈ ਟੈਕਸ ਨਹੀਂ ਹੈ। ਅਤੇ ਜਾਂ ਤੁਹਾਨੂੰ ਜਿਹੜਾ ਰੈਵਨਿਊ ਆਉਂਦਾ ਹੈਗਾ ਉਹ ਆਉਂਦਾ ਹੈਗਾ ਤੁਹਾਡੀ ਐਲਕੋਹਲ ਦੇ ਵਿੱਚੋਂ, ਜਿਹੜਾ ਮੇਜਰ ਸੋਰਸ ਹੈਗਾ। ਸੋ ਹੁਣ ਮਨਪ੍ਰੀਤ ਬਾਦਲ ਜੀ ਆਏ ਨੇ, ਬੜੇ ਸਿਆਣੇ ਆਪਣੇ ਲੀਡਰ ਨੇ, ਇਕਨੋਮਿਸਟ ਵੀ ਨੇ,
ਤੇ ਦੇਖੋ ਕਿਸ ਤਰ੍ਹਾਂ ਇਸ ਚੀਜ਼ ਨੂੰ ਮੋੜਾ ਪਾਉਂਦੇ ਨੇ। ਇਹ ਪਹਿਲਾਂ ਵੀ ਰਹਿ ਚੁੱਕੇ ਨੇ, ਅਕਾਲੀ ਦਲ ਸਰਕਾਰ ਰਿਜ਼ਾਈਨ ਕੀਤੀ, ਪਹਿਲਾਂ ਵੀ ਰਹਿ ਚੁੱਕੇ, ਫਾਈਨੈਂਸ ਮਿਨਿਸਟਰ ਪਹਿਲਾਂ ਵੀ ਜਨਾ ਮੰਤਰੀ ਸੀ ਉਹਨੇ ਤੁਹਾਡੇ ਟਾਈਮ ਸੀਗੇ ਗੱਲ ਸਾਹਿਬ ਜੀ ਹਾਂਜੀ ਤੇ ਇਸ ਕਰਕੇ ਮਤਲਬ ਇਹ ਉਹਨਾਂ ਦਾ ਕਿ ਕਾਫੀ ਵੱਡਾ ਚੈਲੰਜ ਹੈ ਤੇ ਅਸੀਂ ਵਧਾਈਆਂ ਦਿੰਦੇ ਹਾਂ ਕਾਂਗਰਸ ਗੌਰਮੈਂਟ ਨੂੰ ਬਣ ਗਈ ਹੈ ਪਰ ਲੇਕਿਨ ਹੁਣ ਪ੍ਰੋਬਲਮ ਇਹ ਹੈ ਵੀ ਦੇਖੋ ਉਹਨਾਂ ਨੇ 50 ਲੱਖ ਗੌਰਮੈਂਟ ਦੀਆਂ ਜੋਬਸ ਅਨਾਊਂਸ ਕੀਤੀਆਂ ਦੇਣੀਆਂ ਇਸ ਟਾਈਮ ਤੇ ਪੰਜਾਬ ਦੇ ਗੌਰਮੈਂਟ ਦੇ 4,30,000 ਇੰਪਲਾਈ ਨੇ ਟੋਟਲ ਤੇ ਅਸੀਂ ਸੋਚਦੇ ਹਾਂ ਵੀ ਕਿਸ ਤਰ੍ਹਾਂ 50 ਲੱਖ ਜੋਬਸ ਹੋਰ ਕਿੱਥੋਂ ਆਉਣਗੀਆਂ ਸਾਨੂੰ ਮੈਜੋਰਟੀ ਆਫ ਅਸ ਹਾਲਾਂਕਿ ਸਾਡੀ ਫੈਡਰੇਸ਼ਨ ਹੈਗੀ ਹੈ ਜਿਵੇਂ ਪ੍ਰਤਾਪ ਭਾਜੀ ਗੱਲ ਸਾਹਿਬ ਬਹੁਤ ਦੇਰ ਤੋਂ ਪਹਿਲਾਂ ਜੁੜੇ ਹੋ ਆਮ ਆਦਮੀ ਪਾਰਟੀ ਤੁਸੀਂ ਇਤਨੇ ਚਾਰ ਵੀ ਤਾਂ ਹੁਣ ਜੁੜੇ ਹੋ ਮੇਰਾ ਵੀ ਇੱਕ ਪਾਰਟੀ ਦੇ ਨਾਲ ਬੜਾ ਪੁਰਾਣਾ ਤਲਕਾਤ ਹੈ ਪਰ ਸਾਰੇ ਅੰਦਰੋਂ ਤਾਂ ਇਹ ਚਾਹੁੰਦੇ ਨੇ ਵੀ ਪੰਜਾਬ ਦੀ ਜਿਹੜੀ ਹਾਲਾਤ ਨੇ ਉਹ ਇੱਕ ਭਾਈਚਾਰਾ ਸਾਡਾ ਜਿਹੜਾ ਇੱਕ ਤਰੱਕੀ ਦੇ ਰਸਤੇ 'ਤੇ ਜਾਵੇ। ਜਿਵੇਂ ਅੰਜਲ ਵੀ ਭਾਜੀ ਨੇ ਕਿਹਾ ਮੈਂ ਪੰਜਾਬ ਦੇ ਵਿੱਚ 86 ਤੋਂ ਲੈ ਕੇ 93 ਦੇ ਵਿੱਚ ਪੰਜਾਬ 'ਚ ਰਿਹਾ। ਤੁਹਾਨੂੰ ਪਤਾ ਜਦੋਂ ਕੋਈ ਇੱਕ ਇੰਡਸਟਰੀ ਲੱਗਦੀ ਹੈ ਜਾਂ ਕੋਈ ਚੀਜ਼ ਬਣਦੀ ਹੈ ਗੌਰਮੈਂਟ ਉਸ ਨੂੰ ਸੰਭਾਲ ਕੇ ਰੱਖਦੀ ਹੈ ਕਿਉਂਕਿ ਉਹਨਾਂ ਦਾ ਇੱਕ ਫਿਊਚਰ ਹੈ ਉਹਦੇ ਵਿੱਚ। ਉਸ ਵੇਲੇ ਉੱਥੇ ਸ਼ੂਗਰ ਮਿਲ ਸੀਗੀਆਂ, ਹਾਂਜੀ ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਸ਼ੂਗਰ ਮਿਲ ਸੀਗੀਆਂ ਆਲਮੋਸਟ 12-13 ਸ਼ੂਗਰ ਮਿਲ ਸੀਗੀਆਂ ਜੋ ਕੋਆਪਰੇਟਿਵ ਸ਼ੂਗਰ ਮਿਲ ਸੀਗੀਆਂ, ਗੌਰਮੈਂਟ ਆਫ ਪੰਜਾਬ ਦੇ ਸ਼ੂਗਰ ਮਿਲ ਸੀਗੇ। ਉਹਦੇ ਵਿੱਚ ਤੁਸੀਂ ਦੇਖ ਸਕਦੇ ਸ਼ੂਗਰ ਮਿਲ ਲੱਗਦੀ ਹੈ, ਕਿੰਨੇ ਇੰਪਲੋਇਮੈਂਟ ਮਿਲਦੀ ਹੈ, ਕਿੰਨਾ ਸਾਈਡ ਬਿਜ਼ਨਸ ਹੁੰਦਾ ਉਸ ਦਾ। ਪਰ ਹੁਣ ਮੈਂ ਗਿਆ ਅਤੇ ਮੈਂ ਸ਼ੂਗਰ ਮਿਲ ਦੇ ਵਿੱਚ ਉਸ ਟਾਈਮ 'ਤੇ ਵਿਜ਼ਿਟ ਕਰਦਾ ਹੁੰਦਾ ਸੀਗਾ ਅਤੇ ਮੈਂ ਗਿਆ ਅਤੇ ਪੁੱਛਿਆ ਵੀ ਜਗਰਾਉਂ ਸ਼ੂਗਰ ਮਿਲ ਹੁੰਦੇ ਸੀ ਉਹ ਕਿੱਥੇ ਗਏ, ਤੁਸੀਂ ਬਿਲੀਵ ਨਹੀਂ ਕਰੋਗੇ। ਮੈਨੂੰ ਇੱਕ ਜ਼ਿਮੀਂਦਾਰ ਭਰਾ ਮਿਲ ਗਿਆ, ਫਿਰ ਮੈਂ ਦਿਖਾ ਕੇ ਲਿਆ, ਉਹਨਾਂ ਨੂੰ ਫੜ ਕੇ ਲੈ ਕੇ ਗਿਆ, ਕਹਿੰਦਾ ਆਹ ਸ਼ੂਗਰ ਮਿਲ ਹੈ। ਮੈਂ ਇਹ ਕੀ ਸ਼ੂਗਰ ਮਿਲ ਕਿੱਥੇ ਗਈ, ਬਿਲਕੁਲ ਖਤਮ ਕਰਕੇ ਸ਼ੂਗਰ ਮਿਲ ਨੂੰ ਉੱਥੇ ਪਲੋਟ ਕਰ ਦਿੱਤੇ ਗਏ, 100 ਏਕੜ ਸ਼ੂਗਰ ਮਿਲ ਨੂੰ ਖਤਮ ਕਰਕੇ ਪਲੋਟ ਕਰ ਦਿੱਤੇ ਗਏ ਹੈ। ਇੱਕ ਇਨਵੈਸਟਮੈਂਟ ਜਿਹੜੀ 1 ਕਰੋੜ ਰੁਪਏ ਦੀ ਇਨਵੈਸਟਮੈਂਟ ਸੀ ਜਿਹੜੀ ਇੰਪਲੋਇਮੈਂਟ ਦਿੰਦੀ ਸੀਗੀ ਉਹਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਅਤੇ ਇਹ ਹਾਲਤ ਹੋਇਆ ਸਾਡਾ ਪੰਜਾਬ ਦਾ। ਗਿਆਨ ਸਾਹਿਬ ਗੱਲ ਫਿਰ ਤੁਹਾਡੇ 'ਤੇ ਆਉਂਦੀ ਹੈ ਕਿ 10 ਸਾਲ ਰਾਜ ਕਰਨ ਤੋਂ ਬਾਅਦ ਅੱਜ ਹਾਲਾਤ ਇਹ ਨੇ ਪੰਜਾਬ ਦੇ ਅਤੇ ਅਕਾਲੀ ਦਲ ਬਾਦਲ ਨੂੰ ਇਸ ਚੀਜ਼ ਦਾ ਜ਼ਿੰਮੇਵਾਰ ਮੰਨਿਆ ਜਾਂਦਾ। ਪਰ ਮੈਂ ਇਸ ਵੱਲ ਨਹੀਂ ਜਾਵਾਂਗਾ, ਤੁਹਾਡੀ ਪਾਰਟੀ ਹੁਣ ਆਪੋਜੀਸ਼ਨ 'ਚ ਬੈਠੀ ਹੈ, ਜਿੱਦਣ ਦਾ ਆਪੋਜੀਸ਼ਨ 'ਚ ਆਈ ਹੈ ਮੈਂ ਕੋਈ ਵਧੀ ਜ਼ਿਆਦਾ ਐਕਟੀਵਿਟੀ ਤੁਹਾਡੇ ਅਕਾਲੀ ਦਲ ਤੋਂ ਨਹੀਂ ਦੇਖੀ, ਪਰ ਤੁਸੀਂ ਇਹ ਤਾਂ ਮਹਿਸੂਸ ਕਰਦੇ ਹੋਵੋਗੇ ਨਾ ਕਿ ਉਹਨਾਂ ਨੂੰ ਆਪਣਾ ਬਣਦਾ ਹੱਕ ਅਦਾ ਕਰਨਾ ਚਾਹੀਦਾ ਔਰ ਉਹ ਕਰਨਗੇ। ਮੇਰਾ ਸਵਾਲ ਇਹ ਹੈ ਕਿ ਤੁਹਾਡੀ ਪਾਰਟੀ ਨੂੰ ਪੰਜਾਬ ਜੋ ਕਿ ਸਾਡੀ ਇੱਕ ਰਾਜ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਬੜੀ ਪੁਰਾਣੀ ਪਾਰਟੀ ਹੈ, ਉਹਨੂੰ ਦੁਬਾਰਾ ਲੋਕਾਂ ਦਾ ਦਿਲ ਜਿੱਤਣ ਲਈ ਕੀ ਇੱਕ ਨਵੀਂ ਸੋਚ ਜਿਵੇਂ ਆਮ ਆਦਮੀ ਪਾਰਟੀ ਦੀ ਹੈ, ਜਿਵੇਂ ਕਾਂਗਰਸ ਨੂੰ ਬੜੀ ਚੇਂਜਸ ਲਿਆ ਰਹੀ ਆਪਣੇ ਵਿੱਚ, ਉਹਦੀ ਆਪਾਂ ਗੱਲ ਕਰਾਂਗੇ, ਕੀ ਉਹਨੂੰ ਅਡੋਪਟ ਕਰਨੇ ਪੈਣਗੇ ਕਿ ਨਹੀਂ? ਸਭ ਤੋਂ ਪਹਿਲਾਂ ਤਾਂ ਮੈਂ MTV ਦਾ ਧੰਨਵਾਦ ਕਰਦਾ, ਪਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਸਾਰੇ ਪਾਰਟੀ ਨੂੰ ਇਕੱਠਾ ਕੀਤਾ ਅਤੇ ਸਾਰਿਆਂ ਦੇ ਆਪਾਂ ਆਪਣੇ ਤੁਸੀਂ ਵਿਚਾਰ ਦੱਸਣੇ ਨੇ। ਬਾਕੀ ਰਹਿ ਗਈ ਪਾਰਟੀ ਦੀ ਗੱਲ, ਪਾਰਟੀ ਅੱਜ ਵੀ ਉੱਥੇ ਖੜੀ ਜਿੱਥੇ ਪਹਿਲਾਂ ਹੁੰਦੀ ਸੀ। ਸ਼੍ਰੋਮਣੀ ਅਕਾਲੀ ਦਲ ਭਾਵੇਂ ਹਾਰ ਗਿਆ ਵਾ ਪਰ ਉਹ ਆਪਣੇ ਹਾਲੇ ਵੀ ਜਿੱਥੇ ਪਹਿਲਾਂ ਹੁੰਦੀ ਸੀ ਨਾ ਉੱਥੇ ਹੀ ਖੜੇ ਨੇ। ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਵੀ ਮੈਂ ਪਿੰਡ 'ਚ ਗਿਆ, ਉੱਥੇ ਸਕੂਲ ਨਹੀਂ ਸੀਗਾ, ਨਾਲੀਆਂ ਟੁੱਟੀਆਂ ਸੀਗੀਆਂ। ਹਾਂਜੀ, ਮੈਂ ਜਦੋਂ ਪਹਿਲਾਂ ਇੱਥੇ ਆਇਆ ਸੀ ਨਾ, ਅੱਜ ਤੋਂ ਤੁਸੀਂ 25 ਸਾਲ ਪਹਿਲਾਂ, ਉਦੋਂ ਤੁਸੀਂ ਸਕੂਲ ਦੇ ਵਿੱਚੋਂ 33% ਮਾਰਕ ਲੈਂਦੇ ਸੀ ਨਾ, ਤੁਸੀਂ ਕਹਿੰਦੇ ਸੀ ਪਾਸ, ਬੱਚਾ ਪਾਸ ਹੋ ਗਿਆ। ਜਿਹੜਾ 60% ਨੰਬਰ ਲੈਂਦਾ ਸੀ ਨਾ ਉਹਨੂੰ ਕਹਿੰਦੇ ਸੀ ਫਸਟ ਡਿਵੀਜ਼ਨ ਹੋ ਗਿਆ, ਲੱਡੂ ਵੰਡੋ, ਠੀਕ ਹੈ। ਅੱਜ ਕੱਲ੍ਹ ਕੰਪੀਟੀਸ਼ਨ ਉੱਥੇ ਇੰਨਾ ਹੋ ਗਿਆ ਵੀ ਜਿੰਨੇ ਗੌਰਮੈਂਟ ਸਕੂਲ ਘੱਟ ਨੇ ਜ਼ਿਆਦਾ ਪ੍ਰਾਈਵੇਟ ਸਕੂਲ ਖੁੱਲ੍ਹ ਗਏ। ਉੱਥੇ ਬੱਚਾ 99.9% ਫਿਰ ਵੀ ਉਹਦੇ ਮਾਂ ਪਿਓ ਕਹਿੰਦੇ ਨੇ ਬੱਚੇ ਨੇ ਨੰਬਰ ਘੱਟ ਲਏ ਨੇ, ਕੰਪੀਟੀਸ਼ਨ ਜ਼ਿਆਦਾ ਹੋ ਗਿਆ। ਬਾਕੀ ਡਿਵੈਲਪਮੈਂਟ ਦੀ ਗੱਲ ਕੀਤੀ, ਸੰਧੂ ਸਾਹਿਬ ਸ਼ਾਇਦ ਹਰਿਮੰਦਰ ਸਾਹਿਬ ਨਹੀਂ ਹੋ ਗਿਆ ਹੈ, ਉੱਥੇ ਬਾਹਰ ਦੀਆਂ ਸਟੀਟਾਂ ਅਤੇ ਪਿੰਡ ਦੀਆਂ ਸਟੀਟਾਂ ਨਾਲ ਤੁਸੀਂ ਕੰਪੇਅਰ ਨਾ ਕਰੋ ਉਸ ਚੀਜ਼। ਉੱਥੇ ਤਾਂ ਮੈਂ ਵੀ ਗਿਆ, ਉੱਥੇ ਜਾ ਕੇ ਵੇਖਿਆ ਵਾ, ਅੱਖੀਂ ਵੇਖਿਆ ਵਾ, ਜੋ ਬਾਹਰ ਬਣਾਇਆ ਜਲਿਆ ਵਾ ਬਾਗ ਦੇ ਬਿਲਕੁਲ ਸਾਹਮਣੇ, ਉਹ ਤਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਸਮਝੋ ਬਾਹਰਲੇ ਕੰਟਰੀ ਤੁਰੇ ਫਿਰਦੇ ਅਮੈਰੀਕਾ, ਤੁਸੀਂ ਆਪਣਾ ਫੀਲ ਨਹੀਂ ਕਰਦੇ ਵੀ ਪੰਜਾਬ ਦੇ ਵਿੱਚ ਹੋ। ਟੂਰਿਸਟ ਸਿਟੀ ਹੈ, ਟੂਰਿਸਟ ਹੀ ਬਣਾਤੀ ਸਾਡਾ ਸਭ ਤੋਂ ਸਤਿਕਾਰਯੋਗ ਜਿਹੜਾ ਸਥਾਨ ਉੱਥੇ ਹੈ ਉਹ ਮੈਂ ਮੰਨਦਾ। ਪਰ ਜਦੋਂ ਲੋਕਾਂ ਦੇ ਦਿਲਾਂ ਦੇ ਵਿੱਚ ਸਤਿਕਾਰ ਹੈ
ਐਕਚੁਅਲੀ ਰਿਜ਼ਲਟ ਜਿਹੜੇ ਨੇ ਇਹੀ ਦਰਸਾਉਂਦੇ ਨੇ ਜੀ ਲੋਕਾਂ ਦੇ ਨਾਲ ਸਰਕਾਰ ਨਹੀਂ ਔਰ ਮੈਂ ਲੈਟਸ ਨਾਟ ਕ੍ਰਿਟੀਸਾਈਜ਼ ਐਨੀਬਾਡੀ ਨਾਟ ਕ੍ਰਿਟੀਸਾਈਜ਼ ਮੈਂ ਦੱਸ ਰਿਹਾ ਵੀ ਲੋਕੀ ਕਹਿੰਦੇ ਸੀਗੇ ਵੀ ਇਹਨਾਂ ਨੂੰ ਪਿੰਡ 'ਚ ਨਹੀਂ ਵੜ ਦੇਣਾ ਅਕਾਲੀ ਦਲ ਆਊਗਾ ਭਜਾ ਦੇਣਾ ਉਹ ਕਰ ਹੁਣ ਉਹਨਾਂ ਨੇ 33% ਵੋਟਾਂ ਲੈ ਕੇ ਸੈਕਿੰਡ ਨੰਬਰ 'ਤੇ ਆਏ ਉਹ ਵੀ ਕਿਸ ਤਰ੍ਹਾਂ ਵੀ ਜੇ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਪਿਆਰ ਨਹੀਂ ਸੀਗਾ ਪੁਰਾਣੀ ਪਾਰਟੀ ਪੁਰਾਣੀ ਸਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਕੁਛ ਕਹਿਣਾ ਚਾਹੁੰਦੇ ਹੋ ਪਲੀਜ਼ ਇਸ ਕੁਐਸਚਨ ਬਾਰੇ ਜਾਂ ਹੋਰ ਵੀ ਕੋਈ ਮੰਤਵ ਹੈ ਤੁਸੀਂ ਜੋ ਮੈਂ ਕਹਿਣਾ ਚਾਹ ਰਿਹਾ ਸੀਗਾ ਮੈਂ ਯੂਪੀ 'ਚ ਰਿਹਾ ਯੂਪੀ 'ਚ ਬੋਰਨ ਹੈਗਾ ਸਾਰੀ ਸਰਵਿਸ ਮੇਰੀ ਉੱਥੇ ਸਟੱਡੀਜ਼ ਉੱਥੇ ਹੋਈ ਮਨ 'ਚ ਬੜਾ ਉਸ ਟਾਈਮ ਵੀ ਬੜਾ ਮਨ 'ਚ ਇਹ ਚੀਜ਼ ਸੀ ਮੈਂ ਪੰਜਾਬ ਜਾਣਾ ਹੈਗਾ ਪੰਜਾਬ 'ਚ ਰਹਿਣਾ ਹੈਗਾ ਘਰ ਐਨੀਵੇਜ਼ ਮੈਂ ਇੱਧਰ ਆ ਗਿਆ ਇੱਥੋਂ ਜਾ ਕੇ ਫਿਰ ਜੋਬ ਗੱਲ ਕੀਤੀ ਗੁਰਦਾਸਪੁਰ 'ਚ ਕੀਤਾ ਅਤੇ ਚਲੋ ਉਸ ਤੋਂ ਬਾਅਦ ਜਦੋਂ ਇੱਥੇ ਆ ਗਏ ਆ ਕੇ ਪੰਜਾਬ ਦੀ ਹਾਲਾਤ ਜਦੋਂ ਵਿਗੜਦੇ ਦੇਖੇ ਜੋ ਨਸ਼ਿਆਂ ਦੀ ਹਾਲਾਤ ਸੀ ਜੋ ਇਕਨੋਮਿਕਲੀ ਜਦ ਇਹਦੇ ਸੀ ਵੀ ਇੰਨੇ ਗੈਸਟ ਹਾਊਸ ਫਲਾਣੀ ਚੀਜ਼ ਵੀ ਤਨਖਾਹ ਦੇਣ ਵਾਸਤੇ ਉਹ ਆਪਣੇ ਗਿਰਵੀ ਰੱਖ ਦਿੱਤੇ ਗਏ ਬੜੇ ਤਕਲੀਫ ਹੁੰਦੀ ਸੀ ਅਤੇ ਉਹਨੂੰ ਸੁਧਾਰਨ ਵਾਸਤੇ ਜਦੋਂ ਇੱਥੇ ਮਨਪ੍ਰੀਤ ਬਾਦਲ ਜੀ ਆਏ ਫਸਟ ਟਾਈਮ 'ਤੇ ਉਦੋਂ ਸਾਨੂੰ ਬੜਾ ਲੱਗਿਆ ਕਿ ਬੜਾ ਇਮਾਨਦਾਰ ਆਦਮੀ ਹੈ ਸਾਰੇ ਇਕੱਠੇ ਹੋ ਗਏ ਸਾਰਾ ਇਲਾਕਾ ਉਹਨਾਂ ਨਾਲ ਮੈਂ ਵੀ ਤੁਹਾਡੇ ਨਾਲ ਸੀ ਜਦੋਂ PPP ਅਤੇ ਉਹ ਖੈਰ ਜੋ ਵੀ ਰੀਜ਼ਨ ਰਿਹਾ ਉਹ ਨਹੀਂ ਕਾਮਯਾਬ ਹੋ ਸਕੇ ਉਸ ਤੋਂ ਬਾਅਦ ਕੇਜਰੀਵਾਲ ਇੱਕ ਨਵਾਂ ਖਿਆਲਾਤ ਨਵੇਂ ਇੱਕ ਆਪਣਾ ਆਪਣੇ ਜੋ ਇਹਨਾਂ ਦਾ ਸਟਾਈਲ ਸੀ ਉਹ ਸਭ ਨਾਲ ਆਏ ਅਤੇ ਸਾਨੂੰ ਬੜਾ ਚੰਗਾ ਲੱਗਿਆ ਵੀ ਇਹ ਬੰਦਾ ਬੜਾ ਮੈਂ ਉਹਨਾਂ ਦਾ ਫੈਨ ਹੋ ਗਿਆ ਪਿੱਛੇ ਹਰ ਚੀਜ਼ ਫੋਲੋ ਕਰਦਾ ਰਿਹਾ ਦਿੱਲੀ 'ਚ ਕਾਮਯਾਬੀ ਹੋਈ ਉਸ ਤੋਂ ਜੇ ਪੰਜਾਬ 'ਚ ਆਉਣ ਤਾਂ ਪੰਜਾਬ 'ਚ ਉਹਨਾਂ ਨੇ ਸੀਟਾਂ ਵੀ ਚਾਰ ਜਿੱਤ ਲਈਆਂ ਪਾਰਲੀਮੈਂਟ ਦੀਆਂ ਉਸ ਤੋਂ ਹੁਣ ਇਸ ਇਲੈਕਸ਼ਨ ਵਿੱਚ ਸਾਨੂੰ ਬੜੀਆਂ ਉਮੀਦਾਂ ਸੀ ਕਿ ਉਹਨਾਂ ਕੋਲੋਂ ਵੀ ਇਹਦਾ ਸਹੀ ਪੰਜਾਬ ਨੂੰ ਕਿਸ ਤਰੀਕੇ ਨਾਲ ਮਦਦ ਕਰੀਏ ਕੁਛ ਇੱਥੇ ਇੰਸਟੀਟਿਊਸ਼ਨ ਹੁੰਦੇ ਆ ਵੀ ਉੱਥੇ ਦੇ ਕਿਸੇ ਇੰਸਟੀਟਿਊਸ਼ਨ ਵਾਸਤੇ ਤੁਸੀਂ ਮਦਦ ਕਰਦੇ ਆ ਇੱਕ ਕੁਛ ਫੈਮਿਲੀ ਅਡੋਪਟ ਕਰ ਲੈਂਦੇ ਆ ਅਤੇ ਉਹ ਤੁਸੀਂ ਫਾਈਨੈਂਸ਼ਲੀ ਸਪੋਰਟ ਕਰਦੇ ਆ ਪਰ ਉਹ ਸਪੋਰਟ ਜਿਹੜੀ ਇੱਕ ਲਿਮਿਟਡ ਹੈਗੀ ਤੁਹਾਡੀ ਇੱਕ ਲਿਮਿਟ ਤੱਕ ਅਸੀਂ ਕਰ ਸਕਦੇ ਹਾਂ $1,000-$2,000 ਅਸੀਂ ਕਰਕੇ ਉਹ ਕਰੀਏ ਅਸੀਂ ਕੁਛ ਅਸੀਂ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਤਾਂ ਜਿੰਨੇ ਵੀ ਆਪਾਂ ਬੈਠੇ ਹੈ ਆਪਣੇ ਲੋਕਲ ਲੈਵਲ ਤੇ ਕਰਦੇ ਹਾਂ ਪਰ ਉਹ ਤਾਂ ਆਟੇ ਦੇ ਵਿੱਚ ਥੋੜ੍ਹਾ ਜਿਹਾ ਲੂਣ ਵਾਲੀ ਗੱਲ ਹੈ ਅਤੇ ਸਾਡੀ ਅਪਰੋਚ ਸੀਗੀ ਵੀ ਕੋਈ ਐਸੀ ਅਗਰ ਪੋਲੀਟੀਕਲ ਪਾਰਟੀ ਜਿਹੜੀ ਵੀ ਸੋਚ ਰੱਖਦੀ ਹੈ ਜੋ ਅਸੀਂ ਸੋਚਦੇ ਹਾਂ ਵੀ ਉਹ ਪੂਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ ਵੀ ਉਹਨੂੰ ਅਸੀਂ ਸਟਰੋਂਗ ਕਰੀਏ ਚਾਕੀ ਜਿੱਤ ਕੇ ਆਵੇ ਅਤੇ ਉਹ ਜਿਹੜੀ ਆ ਉਹ ਲੋਕਾਂ ਦਾ ਜੋ ਅਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹਾਂ ਅਤੇ ਉਹ ਉੱਥੇ ਕਰੇ ਅਤੇ ਉਸੇ ਕਿਉਂਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਬਹੁਤ ਮਿਹਨਤੀ ਹੈ ਬਹੁਤ ਬੜਾ ਐਂਟਰਪ੍ਰੀਨਰਸ਼ਿਪ ਹੈ ਐਸ ਫਾਰ ਐਸ ਕਿਸਾਨੀ ਦੀ ਗੱਲ ਆ ਪੰਜਾਬ ਦੀ ਜ਼ਮੀਨ ਵੀ ਜਿਹੜੀ ਇੰਨੀ ਜ਼ਰਖੇਜ਼ ਹੈਗੀ ਕਿ ਉਹਦੇ ਨਾਲ ਦੀ ਜ਼ਮੀਨ ਲੱਭਣੀ ਔਖੀ ਹੈ ਉੱਥੋਂ ਦਾ ਪਾਣੀ ਇੰਨਾ ਸਵਾਦ ਮਿੱਠਾ ਪਾਣੀ ਹੈ ਕਿ ਜਿਹੜੀ ਫਸਲ ਉੱਥੋਂ ਉਗਾਈ ਜਾਂਦੀ ਹੈ ਉਹਦੀ ਬੜਾ ਟੇਸਟੀ ਅਲੱਗ ਹੈਗਾ ਉਸਨੂੰ ਅੱਜ ਤੱਕ ਵੀ ਅਸੀਂ ਡਿਵੈਲਪ ਨਹੀਂ ਕਰ ਪਾਈ ਕੋਈ ਗੌਰਮੈਂਟ ਕਿ ਕੋਈ ਮਾਈਕਰੋ ਇੰਡਸਟਰੀ ਉੱਥੇ ਲਾ ਸਕੇ ਤਾਂ ਕਿ ਇੱਕ ਇੱਕ ਕਿੱਲੇ 'ਚੋਂ ਇੱਕ ਇੱਕ ਫੈਮਿਲੀ ਗੁਜ਼ਾਰਾ ਕਰ ਸਕਦੀ ਹੈ ਅਸੀਂ ਅਗਰ ਉੱਥੋਂ ਦੀ ਕੋਈ ਮਾਰਕੀਟਿੰਗ ਤਿਆਰ ਕਰ ਸਕੀ ਕੋਈ ਸਰਕਾਰ ਕੋਈ ਮਾਰਕੀਟਿੰਗ ਨਹੀਂ ਤਿਆਰ ਕਰ ਸਕੀ ਕੋਈ ਉਹਨਾਂ ਨੂੰ ਕੋਈ ਇੰਡਸਟਰਾਂ ਦੀ ਐਗਰੋ ਬੇਸ ਇੰਡਸਟਰੀ ਨਹੀਂ ਦੇ ਸਕੀ ਦੂਸਰਾ ਉਸ ਤੋਂ ਇਲਾਵਾ ਕਿਸਾਨਾਂ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਜੋ ਬੱਚੇ ਸੀਗੇ ਜਾਂ ਬਾਕੀ ਵੀ ਸਾਰੇ ਪੰਜਾਬ ਦੇ ਪੰਜਾਬੀਆਂ ਦੇ ਬੱਚੇ ਸੀ ਕੀ ਤੁਸੀਂ ਸਮਝਦਾ ਕਿ ਉਹ ਬਾਕੀ ਰੈਸਟ ਆਫ ਦਾ ਕੰਟਰੀ ਤੋਂ ਉਹ ਘੱਟ ਕੋਈ ਉਹਨਾਂ ਦੇ ਟੈਲੈਂਟ ਵੀ ਨਹੀਂ ਕਿ ਉਹ ਉਹਨਾਂ ਨੂੰ ਕੋਈ ਐਸੀ ਇੰਡਸਟਰੀ ਜਿਹਦੇ 'ਚ ਕੋਈ ਪੈਸਾ ਵੀ ਨਹੀਂ ਲੱਗਦਾ ਆਈ ਟੀ ਇੰਡਸਟਰੀ 'ਚ ਕਿੰਨਾ ਕਰ ਸਕਦਾ ਇੱਕ ਬਿਲਡਿੰਗ ਖੜੀ ਕਰ ਲਈ ਉਸ ਤੋਂ ਉਹ ਅਸੀਂ ਕਰਨਾਟਕ ਜਾਂ ਆਪਣਾ ਆਂਧਰਾ ਪ੍ਰਦੇਸ਼ ਨੇ ਇੰਨੇ ਆਪਣੇ ਧੱਕ ਜਮਾਤ ਦੇ ਇੱਥੇ ਆ ਕੇ ਕੀ ਅਸੀਂ ਨਹੀਂ ਕਰ ਸਕਦੇ ਉੱਥੇ ਕੀ ਕੀਤਾ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਗਵਰਨਮੈਂਟ ਇਹ ਕੋਈ ਸੜਕਾਂ ਬਣਾ ਦੇਣੀਆਂ ਕੋਈ ਕੀ ਡਿਵੈਲਪਮੈਂਟ ਆ ਸੈਂਟਰ ਦੇ ਵਿੱਚੋਂ ਤੁਹਾਨੂੰ ਪੈਸਾ ਮਿਲਦਾ ਉਹਨਾਂ 'ਚ ਮੇਨ ਸੜਕਾਂ ਬਣ ਜਾਂਦੀਆਂ ਪਿੰਡਾਂ ਦੀ ਸੜਕਾਂ ਦਾ ਜੋ ਹਾਲਾਤ ਅਸੀਂ ਦੇਖ ਕੇ ਆਏ ਹਾਂ ਇੰਨਾ ਦੁਰਗਤੀ ਉੱਥੋਂ ਦੀ ਦੇਖੀ ਹੈ ਕਿ ਇੰਨੀ ਦੁਰਗਤੀ ਯੂਪੀ 'ਚ ਵੀ ਅਤੇ ਉਸ ਫਿਰ ਸੜਕਾਂ ਨੇ ਉਹਦੇ 'ਚ ਵੀ ਟੋਲ ਪਲਾਜ਼ਾ ਲੱਗੇ ਆ ਤੁਹਾਡੀ ਡਿਵੈਲਪਮੈਂਟ ਕੀ ਹੈਗੀ ਹੁਣ ਇਹ ਗਿੱਲ ਸਾਹਿਬ ਨੇ ਇੱਕ ਚੀਜ਼ ਗੱਲ ਕੀਤੀ ਕਿ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਜੋ ਗਲੈਰਾ ਬਣਾਇਆ ਗਿਆ ਉਹ ਮਜ਼ਬੂਰੀ ਸੀ ਗੌਰਮੈਂਟ ਨੇ ਉਹਨਾਂ ਨੂੰ ਬਹੁਤ ਪਹਿਲਾਂ ਜਦੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਹ ਖਾਲੀ ਜਗ੍ਹਾ ਕਰਾਈ ਸੀ ਉਹ ਖਾਲੀ ਜਗ੍ਹਾ ਨੂੰ ਬਿਊਟੀਫਾਈ ਕਰਨਾ ਸੀ ਮੈਨੂੰ ਬਹੁਤ ਡਿਟੇਲ ਨਹੀਂ ਪਤਾ ਕਿ ਪੈਸਾ ਕਿਹਦਾ ਲੱਗਿਆ ਗੌਰਮੈਂਟ ਦਾ ਲੱਗਿਆ ਜਾਂ ਸੈਂਟਰਲ ਗੌਰਮੈਂਟ ਦਾ ਲੱਗਿਆ ਜਾਂ ਐਸਜੀਪੀਸੀ ਦਾ ਲੱਗਿਆ ਆਮ ਨਾਟ ਵੈਰੀ ਕਲੀਅਰ ਅਤੇ ਉਹਨੂੰ ਤੁਸੀਂ ਇੱਕ ਆਪਣੇ ਉੱਤੇ ਕੋਈ ਕ੍ਰੈਡਿਟ ਲੈਣਾ ਕਿ ਅਸੀਂ ਜੀ ਇਹ ਡਿਵੈਲਪਮੈਂਟ ਕੀਤੀ ਹੈ
ਤੇ ਮੈਂ ਵਿਲ ਸਾਹਿਬ ਦਾ ਮੇਰਾ ਕੁਐਸਚਨ ਹੈ ਵੀ ਡਿਵੈਲਪਮੈਂਟ ਇਹ ਨਹੀਂ ਹੈਗੀ, ਡਿਵੈਲਪਮੈਂਟ ਇਹ ਹੈਗੀ ਕਿ ਉਹ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਐਜੂਕੇਸ਼ਨ ਮਿਲੀ ਜਾਂ ਨਹੀਂ ਮਿਲੀ, ਉਹਨਾਂ ਨੂੰ ਕੋਈ ਮੈਡੀਕਲ ਫੈਸਿਲਿਟੀ ਮਿਲੀ ਜਾਂ ਨਹੀਂ ਮਿਲੀ, ਉਹਨਾਂ ਦੇ ਡਿਵੈਲਪਮੈਂਟ ਹੋਈ ਜਾਂ ਨਹੀਂ ਹੋਈ, ਉਹ ਚੀਜ਼ ਜਿਹੜੀ ਆ ਦੈਟ ਇਜ਼ ਅ ਡਿਵੈਲਪਮੈਂਟ. ਇੱਕ ਬੱਚੇ ਨੂੰ ਅਗਰ ਪੜ੍ਹਾ ਦਿੰਦੇ, ਅਗਰ ਪ੍ਰਾਈਵੇਟ ਸਕੂਲ ਖੁੱਲ੍ਹੇ ਆ, ਦੈਟ ਇਜ਼ ਗੌਰਮੈਂਟ ਦੀ ਕਮੀ ਹੈਗੀ ਜਿਹਦੇ ਕਰਕੇ ਉਹ ਗੌਰਮੈਂਟ ਸਕੂਲ ਖੁੱਲ੍ਹੇ ਆ, ਪ੍ਰਾਈਵੇਟ ਸਕੂਲ ਖੁੱਲ੍ਹੇ ਆ, ਉਹ ਬਿਜ਼ਨਸ ਖੁੱਲ੍ਹ ਗਏ. ਹੁਣ ਦਿੱਲੀ 'ਚ ਗੌਰਮੈਂਟ ਸਕੂਲ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਡਿਵੈਲਪ ਕੀਤੇ ਆ, ਬੜੇ ਚੰਗੇ ਚੰਗੇ ਸਕੂਲ ਬਣਾਏ, ਤੇ ਪ੍ਰਾਈਵੇਟ ਸਕੂਲਾਂ ਨੂੰ ਨਾਲ ਹੀ ਉਹਨਾਂ ਨੇ ਕਰਤਾ ਵੀ ਤੁਸੀਂ ਆਪਣੀ ਫੀਸਾਂ ਵੀ ਨਹੀਂ ਵਧਾ ਸਕਦੇ, ਫੀਸਾਂ ਘਟਾਈਆਂ ਵੀ ਹੈਗੀਆਂ ਉਹਨਾਂ ਨੇ. ਇਵਨ ਪ੍ਰਾਈਵੇਟ ਸਕੂਲ ਰਿਫੰਡ ਕਰ ਰਹੇ ਆ ਫੀਸ. ਹਾਂਜੀ, ਇਹ ਚੀਜ਼ਾਂ ਅਗਰ ਅਸੀਂ ਇੱਥੇ ਬੁਨਿਆਦੀ ਸਹੂਲਤਾਂ ਦਿਓ ਉਹਨਾਂ ਨੂੰ, ਹੁਣ ਉੱਥੇ ਫਿਰ ਮੈਡੀਕਲ ਫੈਸਿਲਿਟੀ ਫ੍ਰੀ ਕਰ ਰਹੇ ਆ, ਇਹ ਵੀ ਕਰ ਸਕਦੇ ਆ ਇਹਨਾਂ ਨੇ. ਫਿਰ ਦੂਸਰੀ ਗੱਲ, ਉਹ ਪਾਣੀ ਜਿਹੜਾ ਅੰਮ੍ਰਿਤ ਵਰਗਾ ਮਿੱਠਾ ਪਾਣੀ ਸੀਗਾ, ਉੱਥੇ ਜ਼ਹਿਰ ਘੋਲ ਕੇ ਕੈਂਸਰ ਦੇ ਮਰੀਜ਼ ਬਣੇ ਜਾ ਰਹੇ ਆ, ਲੋਕ ਮਰੀ ਜਾ ਰਹੇ ਹੈਗੇ, ਉੱਥੇ ਕੋਈ ਕੋਈ ਉੱਥੇ ਕੋਈ ਕੋਈ ਫਿਲਟਰੇਸ਼ਨ ਪਲਾਂਟ ਨਹੀਂ, ਕੋਈ ਉੱਥੇ ਟ੍ਰੀਟਮੈਂਟ ਪਲਾਂਟ ਨਹੀਂ, ਉਹ ਇੰਡਸਟਰੀ ਜਿਹੜੀ ਆ ਉਹ ਹੋ ਰਹੀ ਆ, ਇੰਡਸਟਰੀ ਸਾਰੀ ਪੰਜਾਬ ਤੋਂ, ਇੰਪਲੋਇਮੈਂਟ ਦੀ ਗੱਲ ਕਰ ਲਓ, ਕਿਹੜੀ ਗੱਲ ਮੈਂ ਛੇੜਾ, ਇੰਡਸਟਰੀ ਸਾਰੀ ਉੱਥੋਂ ਨਿਕਲ ਕੇ ਬਾਹਰ ਚਲੀ ਗਈ. ਰੀਜ਼ਨ ਕੀ ਸੀਗਾ ਕਿ ਉੱਥੇ ਹਾਲਾਤ, ਮਤਲਬ ਉਹਦੇ ਹਾਲਾਤ ਦਾ ਹੀ ਆਮ ਆਦਮੀ ਪਾਰਟੀ ਉੱਤੇ ਅੱਜ ਆਪੋਜੀਸ਼ਨ ਚ ਬੈਠੀ ਹੈ. ਪਰ ਇਹ ਗਿਲੇ ਵਾਲੀ ਗੱਲ ਨਹੀਂ ਹੈ, ਇੱਕ ਦੁੱਖ ਵਾਲੀ ਗੱਲ ਕਿ ਪੰਜਾਬ ਜੋ ਬੁਲੰਦੀਆਂ ਦੇ ਸ਼ੂਰ ਆ ਸਾਡਾ ਰਾਜ ਹੈ, ਅੱਜ ਸਾਨੂੰ ਇਸ ਹਾਲਾਤ ਦੇ ਵਿੱਚ ਵਾਸ਼ਿੰਗਟਨ 'ਚ ਬੈਠਣ ਸੀ. ਮੈਂ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ ਭਾਜੀ, ਥੋੜ੍ਹ ਨੂੰ ਹੋਲਡ ਕਰਿਓ, ਆਪਾਂ ਮਿਲਦੇ ਇੱਕ ਛੋਟੀ ਬ੍ਰੇਕ ਤੋਂ ਬਾਅਦ. ਕਿੱਦਾਂ ਲੱਗਣਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਜਲਦ ਵਾਪਸ ਆ ਰਹੇ ਹਾਂ. ਹਾਏ, ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰਿਅਲਟੀ. ਦ ਰੀਜ਼ਨ ਵੀ ਆਰ ਸੋ ਸਕਸੈਸਫੁਲ ਬਿਕੋਸ ਕਲਾਇੰਟ ਟਰੱਸਟ ਅਸ. ਆਈਵ ਬੀਨ ਡੂਇੰਗ ਦਿਸ ਮਾਈ ਹੋਲ ਲਾਈਫ, ਮਾਈ ਟੀਮ ਇਜ਼ ਮਾਈ ਵਾਈਫ, my office manager and my agents. We look forward to earn your business and we do speak your language. Thank you. Break to baad swagat thoda saara da ji, aur break to jaan to pehla sandhu sir tusi kuch ek chhota jo thought aaya si ga ji, tusi un piche news padhi honi hai ki sade PRTC da ki haal si ga pichle 10-15 saal to they were loss. 10 lakh ਰੁਪਇਆ ਪਹਿਲੀ ਵਾਰ ਉਹਨੇ ਪ੍ਰੋਫਿਟ ਵਿੱਚ ਗਈ ਹੈ PRTC ਪਰ ਡੇ. 10 lakh ਰੁਪਇਆ ਪਰ ਡੇ, ਕਿ ਰੀਜ਼ਨ ਹੈਗਾ, ਕਿਉਂਕਿ ਕਾਫੀ ਟਾਈਟਨੈਸ ਕਰ ਦਿੱਤੀ ਗਈ ਹੈ ਉਹਨਾਂ ਨੇ, ਪ੍ਰਾਈਵੇਟ ਪਰਮਿਟ ਸੀਗੇ ਉਹਨਾਂ ਦੇ ਉੱਤੇ, ਕਿ ਬਿਨਾਂ ਮਤਲਬ ਬੱਸਾਂ ਚੱਲ ਰਹੀਆਂ ਸੀਗੀਆਂ ਉੱਥੇ. ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਪਟਿਆਲਾ ਤੋਂ ਬਠਿੰਡੇ ਤੱਕ ਹਾਈਵੇ ਬਣ ਰਿਹਾ, ਫੈਡਰਲ ਗਵਰਨਮੈਂਟ ਦਾ ਪੈਸਾ ਲੱਗ ਰਿਹਾ, ਬੜੀ ਸੋਹਣੀ ਰੋਡ ਬਣਾ ਰਿਹਾ, ਕੋਈ ਨੋ ਡਾਊਟ ਅਬਾਊਟ ਇਟ. ਜਿਹੜੀਆਂ ਉੱਥੇ ਬੱਸਾਂ ਚੱਲ ਰਹੀਆਂ ਬਠਿੰਡਾ ਟੂ ਚੰਡੀਗੜ੍ਹ, ਉਹਦਾ ਪਰਮਿਟ ਸੀਗਾ ਬਰਨਾਲਾ ਸੰਗਰੂਰ ਪਟਿਆਲਾ ਚੰਡੀਗੜ੍ਹ, ਦੈਟ ਵਾਸ ਦੇਅਰ ਰੂਟ. ਪਰ ਕੀ ਹੁੰਦਾ ਸੀਗਾ ਜਦੋਂ ਬੱਸ ਉਹ ਰੂਟ ਜਿਹੜਾ ਬਣ ਰਹੇ ਸੀਗੇ, ਕਦੇ ਪੱਟੀ ਹੈ, ਕਦੇ ਕੁਛ ਹੈ, ਕਦੇ ਕੁਛ ਹੈ, ਜਦੋਂ ਪਤਾ ਇੰਡੀਆ ਵਿੱਚ ਕਿਵੇਂ ਰੋਡ ਬਣਦੀ ਹੈ, ਉਹ ਸਾਰੀਆਂ ਬੱਸਾਂ ਬਾਇਆ ਮਾਨਸਾ ਬੁਲਾਡਾ ਹੋ ਕੇ ਚੰਡੀਗੜ੍ਹ ਜਾ ਰਹੀਆਂ ਸੀਗੀਆਂ. ਕਿਉਂ? ਤਾਂ ਜੋ ਡੈਮੇਜ ਹੋਣ, ਤਾਂ ਬੱਸ ਡੈਮੇਜ ਨਾ ਹੋਣ, ਉਹਨਾਂ ਟਾਈਮ ਬਚੇ. ਪਰ ਵਾਇ ਕਿਉਂ ਜਾ ਸਕਦੇ ਉੱਧਰ ਦੇ? ਕਿਉਂਕਿ ਉਹਨਾਂ ਉੱਤੇ ਇੱਕ ਉੱਤੇ ਹੱਥ ਸੀਗਾ, ਸਿਸਟਮ �ਹੈ ਨਹੀਂ ਸੀ. ਇਸ ਦੇ ਵਿੱਚ ਸੋੜਾ ਮੇਰੇ ਥੋਟ ਸੀਗਾ ਕਿ we need to have a system ਉਹਨੇ ਜਿਹੜੇ ਇੰਪਲੀਮੈਂਟ ਕਰ ਰਹਾ ਹਾਂ, ਜਿਹੜੀ ਇੰਪਲੀਮੈਂਟੇਸ਼ਨ ਕਿਵੇਂ ਹੈ. ਇੰਪਲੀਮੈਂਟੇਸ਼ਨ ਇੱਕ ਮੈਂ ਨਾਲ ਐਡ ਕਰਨਾ ਚਾਹਣਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੱਲੀਆਂ ਇਲੈਕਸ਼ਨ ਜਿੱਤਣ ਨਹੀਂ ਆਈ ਹੈਗੀ, ਉਹ ਸਿਸਟਮ ਨੂੰ ਚੇਂਜ ਕਰਨ ਆਈ ਹੈ. ਇਲੈਕਸ਼ਨ 'ਚ ਹਾਰ ਵੀ ਹੋ ਸਕਦੀ, ਜਿੱਤ ਵੀ ਹੋ ਸਕਦੀ ਹੈ. ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਹੜੀ ਨੀਤ ਹੈ ਗੌਰਮੈਂਟ ਦੀ ਉਹ ਠੀਕ ਹੋਵੇ ਨਾ ਜੇ, ਅਤੇ ਬੜੇ ਕੰਮ ਹੋ ਜਾਂਦੇ ਨੇ. ਦਿੱਲੀ ਦੇ ਵਿੱਚ ਜਲ ਬੋਰਡ ਆ ਉਹ ਘੱਟ ਹੀ ਜਾਂਦਾ ਸੀਗਾ, ਜਦੋਂ ਦੇ ਕੇਜਰੀਵਾਲ ਸਾਹਿਬ ਆਏ ਨੇ ਆਪਣੇ ਅਰਵਿੰਦ ਕੇਜਰੀਵਾਲ, 20,000 ਲੀਟਰ ਪਰ ਮੰਥ ਪਾਣੀ ਹਰ ਫੈਮਿਲੀ ਨੂੰ ਫ੍ਰੀ ਦੇ ਕੇ, ਅਤੇ ਜਲ ਬੋਰਡ 176 ਕਰੋੜ ਪ੍ਰੋਫਿਟ ਜਾ ਰਿਹਾ. ਇਹ ਸਾਰੀ ਨੀਤ ਦੀ ਗੱਲ ਹੈ, ਪਾਣੀ ਵੀ ਸਾਰੇ ਰਿਸੋਰਸਿਸ ਆਪਣੇ ਆਪ ਹੀ ਪੈਦਾ ਹੋ ਜਾਂਦਾ. ਜਿੱਥੋਂ ਡਿਵੈਲਪਮੈਂਟ ਦੀ ਆਪਾਂ ਗੱਲ ਕਰੀਏ ਨਾ, ਡਿਵੈਲਪਮੈਂਟ ਦਾ ਮੁੱਦਾ ਪਹਿਲੇ ਚੱਲ ਰਿਹਾ ਸੀਗਾ ਜੀ, ਅਤੇ ਪੰਜਾਬ ਦੇ ਵਿੱਚ ਜੇ ਆਪਾਂ ਕਹਿੰਦੇ ਡਿਵੈਲਪਮੈਂਟ ਨਹੀਂ ਹੋਈ, ਡਿਵੈਲਪਮੈਂਟ ਹੋਈ ਹੈ, ਪਰ ਜੇ ਆਪਾਂ ਬਾਹਰ ਦੇਖੇ ਬੈਠੇ ਪਾਰਟੀ ਵਾਜ ਤੋਂ ਉੱਤੇ ਉੱਠ ਕੇ ਵੇਖੀਏ ਤਾਂ ਕਿੰਨਾ ਦੀ ਡਿਵੈਲਪਮੈਂਟ ਹੋਈ ਹੈ. ਪੰਜਾਬ ਹਿੰਦੁਸਤਾਨ ਦਾ ਨੰਬਰ 1 ਸੂਬਾ ਹੁੰਦਾ ਸੀ, ਆਪਾਂ ਸਾਰੇ ਜਾਣਦੇ ਹਾਂ, ਸਾਰੇ ਇਹਦੀ ਗੱਲ ਕਰਦੇ ਹਾਂ. ਅੱਜ ਦੀ ਤਰੀਕ ਦੇ ਵਿੱਚ ਪੰਜਾਬ ਹਿੰਦੁਸਤਾਨ ਦਾ ਨੰਬਰ 1 ਸੂਬਾ ਹੈ, ਪਰ ਕਿਸ ਤਰ੍ਹਾਂ? ਭਾਵੇਂ ਕਿ ਸਾਡੇ ਕੋਲ ਬੰਬੇ ਵਰਗਾ ਵੱਡਾ ਸ਼ਹਿਰ ਨਹੀਂ ਹੈਗਾ, ਕਲਕੱਤਾ ਨਹੀਂ ਹੈਗਾ, ਜਾਂ ਯੂਪੀ ਵਾਂਗੂ 400 ਕੁਛ ਸੀਟਾਂ ਨਹੀਂ ਹੈਗੀਆਂ,
ਅੱਜ ਦੀ ਤਰੀਕ ਵਿੱਚ ਜਿਹੜੀ ਨਵੀਂ ਸਰਕਾਰ ਆਈ ਹੈ ਇਨਕਲੂਡਿੰਗ ਅਕਾਲੀ ਦਲ ਇਨਕਲੂਡਿੰਗ ਬੀਜੇਪੀ ਇਨਕਲੂਡਿੰਗ ਆਪ ਇਨਕਲੂਡਿੰਗ ਕਾਂਗਰਸ ਜਿਹੜੀ ਸਾਡੀ ਐਮ ਐਲ ਏ ਦੀ ਨੈਟਵਰਥ ਹੈ ਹਿੰਦੁਸਤਾਨ ਦੇ ਵਿੱਚ ਨੰਬਰ ਵਨ ਹੈ ਜੇ ਸਾਡੇ ਲੀਡਰਾਂ ਦੀ ਨੈਟਵਰਥ ਨੰਬਰ ਵਨ ਹੋ ਸਕਦੀ ਅੱਜ ਦੀ ਤਰੀਕ ਵਿੱਚ ਵੀ ਇੰਨੀਆਂ ਗੱਲਾਂ ਜਿਹੜੀਆਂ ਅਸੀਂ ਕਹਿ ਰਹੇ ਹਾਂ ਕੁਛ ਜਿੰਨੀਆਂ ਵੀ ਕਰਕੇ ਤਾਂ ਵਾਈ ਨਾਟ ਸਾਡੇ ਲੋਕਾਂ ਦਾ ਸਤਰ ਉੱਚਾ ਕਿਉਂ ਨਹੀਂ ਹੋ ਸਕਦਾ ਇਹ ਵੇਖਣ ਦੀ ਲੋੜ ਹੈ ਯੈਸ ਸਟੈਂਡਰਡ ਤਾਂ ਇੱਕ ਆਰਡੀਨਰੀ ਸਿਟੀਜ਼ਨ ਦਾ ਤੁਹਾਡਾ ਸਟੈਂਡਰਡ ਆਫ ਲਿਵਿੰਗ ਕੀ ਹੈ ਉਹਦੀ ਜੇਬ ਆਰਥਿਕ ਸਥਿਤੀ ਕੀ ਹੈ ਇਨਫਰਾਸਟ੍ਰਕਚਰ ਕੀ ਹੈ ਦੇਰ ਇਜ਼ ਨੋਟ ਟੂ ਮੈਂ ਇਸ ਸਵਾਲ ਦਾ ਜਵਾਬ ਦੇਣਾ ਸਰ ਪੁੱਛਣਾ ਸਾਡਾ ਲੀਡਰਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਵੀ ਪਾਰਟੀ ਦਾ ਤੁਸੀਂ ਸੰਬੰਧ ਰੱਖਦੇ ਹੋ ਆਪਣੇ ਲੀਡਰਾਂ ਨੂੰ ਪੁੱਛੋ ਵੀ ਇਹਦਾ ਕੀ ਜਵਾਬ ਹੈ ਕਿ ਜੇ ਪੰਜਾਬ ਹੇਠਾਂ ਨੂੰ ਹੀ ਗਿਆ ਹੈ ਤਾਂ ਸਾਡੇ ਐਮ ਐਲ ਏ ਦੀ ਨੈਟਵਰਕ ਹਿੰਦੁਸਤਾਨ 'ਚ ਨੰਬਰ ਵਨ ਕਿਸ ਤਰ੍ਹਾਂ ਜਿਵੇਂ ਸਭ ਸਾਹਿਬ ਨੇ ਆਖਿਆ ਵੀ ਟਰਾਂਸਪੋਰਟ 'ਚ ਇੰਨੀ ਚੇਂਜ ਆ ਗਈ ਸਰਕਾਰ ਸਭ ਤੁਸੀਂ ਹੱਥ ਖੜਾ ਕੀਤਾ ਸੀ ਵੀ ਇਹ ਤਾਂ ਕ੍ਰੈਡਿਟ ਫਿਰ ਕਾਂਗਰਸ ਲੈ ਗਈ ਇੱਕ ਥੋੜ੍ਹੀ ਜਿਹੀ ਸਿਸਟਮ ਦੇ ਤਬਦੀਲੀ ਲੈ ਕੇ ਉਹਨਾਂ ਨੇ ਦੇਅਰ ਆਫਟਰ ਗੁੱਡ ਸਟਾਰਟ ਇਨ ਦੈਟ ਫੀਲਡ ਹਾਂਜੀ ਸਭ ਤੋਂ ਪਹਿਲਾਂ ਥੈਂਕ ਯੂ ਫੋਰ ਇਨਵਾਈਟਿੰਗ ਆਲ ਆਫ ਅਸ ਹੇਅਰ ਆਈ ਥਿੰਕ ਦਿਸ ਇਜ਼ ਅ ਵੈਰੀ ਗੁੱਡ ਡਿਸਕਸ਼ਨ ਟੂ ਹੈਵ ਦੂਜਾ ਮੈਂ ਆਪਣੀ ਪਾਰਟੀ ਨੂੰ ਵਧਾਈ ਦੇਣੀ ਚਾਹਾਂਗਾ ਫੋਰ ਦ ਵਿਨ ਉਹ ਅਸੀਂ ਸਾਰੇ ਦਿਨ ਤੁਹਾਨੂੰ ਥੈਂਕ ਯੂ ਐਂਡ ਜਿਹੜੀ ਮੈਂ ਸਿਰਫ ਇਹ ਚਾਹੁੰਦਾ ਕਿ ਦੋਸ ਪੀਪਲ ਜਿਹੜੀ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਰੋਲਤਾ ਨਸ਼ੇ ਦੇ ਵਿੱਚ ਦੋਸ ਪੀਪਲ ਸ਼ੁੱਡ ਬੀ ਬਰੋਟ ਟੂ ਜਸਟਿਸ ਸਭ ਤੋਂ ਪਹਿਲਾਂ ਹਾਂਜੀ ਪਿਛਲੇ 10 ਸਾਲਾਂ ਦੇ ਵਿੱਚ ਜੋ ਕੁਛ ਵੀ ਘਬੜੇ ਹੋਏ ਆ ਜੋ ਕੁਛ ਵੀ ਜਾਇਦਾਦਾਂ ਖਰੀਦੀਆਂ ਗਈਆਂ ਨੇ ਉਹ ਲੋਕਾਂ ਨੂੰ ਪਤਾ ਹੈ ਇਟਸ ਆਊਟ ਇਨ ਦਾ ਓਪਨ ਇਹ ਪ੍ਰੈਸੀਡੈਂਟ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਵੀ ਪ੍ਰੈਸੀਡੈਂਟ ਤਾਂ ਸੈੱਟ ਕਰਨਾ ਪਏਗਾ ਤੁਹਾਨੂੰ ਇੱਕ 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 ਐਗਜ਼ਾਮਪਲ ਸੈੱਟ ਕਰਨਾ ਪਏਗਾ ਹਾਂਜੀ ਪਰ ਫਿਰ ਉਹਦੇ ਅੰਦਰ ਇਹ ਵੀ ਹੋਏਗਾ ਕਿ ਵੀ ਤੁਸੀਂ ਬਦਲਾ ਲੈਣ ਦੀ ਨੀਤੀ ਦੇ ਅਧੀਨ ਵੀ ਤੁਸੀਂ ਦਾਗੀ ਹੋ ਜਾਂਦੇ ਹੋ ਪਰਸਨਲ ਇਸ਼ੂਜ਼ ਵੀ ਲੈ ਆਉਂਦੇ ਹੋ ਕਿਉਂ ਨਾ ਕਿ ਇੱਕ ਸਿਸਟਮ ਸੈੱਟ ਕੀਤਾ ਜਾਵੇ ਭਾਅ ਜੀ ਜਿੱਥੇ ਅਮਰੀਕਾ 'ਚ ਆਪਾਂ ਸਿਸਟਮ 'ਚ ਰਹਿੰਦੇ ਹਾਂ ਲਾਈਨ ਲੱਗਦੀ ਆ ਤੁਸੀਂ ਆਪਣੇ ਨੰਬਰ ਦੀ ਉਡੀਕ ਕਰਦੇ ਹੋ ਹਰੇਕ ਥਾਂ 'ਤੇ ਸੋ ਵਾਈ ਨੋਟ ਸੈੱਟ ਅ ਸਿਸਟਮ ਜਿਵੇਂ ਕਿ ਮੈਂ ਕਿਸੇ ਪਾਰਟੀ ਦੀ ਤਰੀਫ ਨਹੀਂ ਕਰਦਾ ਕਾਂਗਰਸ ਸਰਕਾਰ ਨੇ ਲਾਲ ਬੱਤੀ ਬੰਦ ਕੀਤੀ ਹੈ ਵੀ ਆਈ ਪੀ ਕਲਚਰ ਬੰਦ ਕੀਤਾ ਹਾਲਾਂਕਿ ਤੁਹਾਡੀ ਪਾਰਟੀ ਦੇ ਇੱਕ ਦੋ ਐਮ ਐਲ ਏ ਜਿਹੜੇ ਚਾਹੁੰਦੇ ਨੇ ਕਹਿੰਦੇ ਰਗੜ ਰਗੜ ਕੇ ਅਸੀਂ ਲਈਏ ਲਾਉਣੀ ਹੈ ਬੜਾ ਇਮੈਚਿਓਰ ਕੀ ਕਹਿੰਦੇ ਸਟੇਟਮੈਂਟ ਸੀਗੀ ਭਾਅ ਜੀ ਤੁਹਾਡਾ ਜਦੋਂ ਸੀ ਐਮ ਹੈਡ ਆਫ ਦ ਸਟੇਟ ਕਹਿ ਰਿਹਾ ਕਿ ਨਹੀਂ ਲਾਉਣ ਤੇ ਤੁਸੀਂ ਅੱਗੇ ਕਹਿ ਰਹੇ ਇਸ ਨਾਟ ਦੇਅਰ ਤੁਸੀਂ ਕੱਲ ਦੀ ਖਬਰ ਨਹੀਂ ਦੇਖੀ ਹੋਏਗੀ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਦੁਬਾਰਾ ਆਰਡਰ ਕਰ ਦਿੱਤਾ ਸੀ ਕਿ ਰੈਡ ਲਾਈਟ ਬੀਕਨ ਲੱਗਣਗੇ ਸਿਕਿਉਰਿਟੀ ਲੱਗੇਗੀ ਐਂਡ ਜਦੋਂ ਫਿਰ ਸੋਸ਼ਲ ਮੀਡੀਆ ਤੇ ਉਹਦਾ ਰੌਲਾ ਪਿਆ ਤੇ ਫਿਰ ਸੀ ਐਮ ਨੇ ਉਹਨੂੰ ਵਾਪਸ ਲਿਆ ਸੋ ਸੀ ਐਮ ਆਫਿਸ ਕਹਿ ਲਓ ਜਾਂ ਚੀਫ ਸੈਕਟਰੀ ਦੇ ਆਫਿਸ ਕਹਿ ਲਓ ਇਟ ਵੈਂਟ ਬੈਕ ਅਗੇਨ ਕਿ ਆਪਾਂ ਸਾਰੇ ਲਾਲ ਬੱਤੀਆਂ ਲਾਉਣੀਆਂ ਨੇ ਹੁਣ ਫਿਰ ਦੁਬਾਰਾ ਗਿਆ ਕਿ ਲਾਲ ਬੱਤੀਆਂ ਲਾਉਣੀਆਂ ਨੇ ਸੋ ਕਿਤੇ ਨਾ ਕਿਤੇ ਜਿਹੜੀਆਂ ਪਾਰਟੀਆਂ ਜੋ ਵੀ ਕਹਿੰਦੀਆਂ ਨੇ ਜੋ ਵੀ ਉਹਨਾਂ ਦੇ ਚੋਣ ਮੈਨੀਫੈਸਟੋ ਨੇ ਮੈਨੀਫੈਸਟੋ ਸਾਰਿਆਂ ਦੇ ਬੜੇ ਚੰਗੇ ਹੁੰਦੇ ਆ ਮੁੱਦੇ ਦੀ ਗੱਲ ਇਹ ਹੈ ਕਿ ਜਿਹੜੇ ਵੀ ਪਾਰਟੀ ਹੈਗੀ ਆ ਪਾਵਰ ਦੇ ਵਿੱਚ ਜਿਹੜੀਆਂ ਵੀ ਮੈਨੀਫੈਸਟੋ ਦਿੱਤੇ ਨੇ ਉਹਨਾਂ ਦੇ ਅਕਾਊਂਟੇਬਲ ਕਰੀਏ ਉਹਨਾਂ ਨੂੰ ਜਿੱਦਾਂ ਤੁਸੀਂ ਇੱਥੋਂ ਦੀ ਗੱਲ ਕੀਤੀ ਹੈ ਇੱਥੇ ਜੋ ਕੋਈ ਪੋਲੀਟੀਸ਼ੀਅਨ ਕੁਝ ਕਹਿੰਦਾ ਹੈ ਕੋਈ ਵਾਅਦਾ ਕਰਦਾ ਹੈ ਹੀ ਹੈਵ ਟੂ ਸਟਿਕ ਟੂ ਇਟ ਉਹਨੂੰ ਆਪਣੇ ਪ੍ਰੋਮਿਸ ਪੂਰੇ ਕਰਨੇ ਪੈਂਦੇ ਆ ਸਾਡਾ ਮੀਡੀਆ ਬੜਾ ਸਟਰੋਂਗ ਹੈ ਐਗਜ਼ੈਕਟਲੀ ਸਾਡੇ ਲੋਕ ਇੱਥੇ ਬੜੇ ਸਟਰੋਂਗ ਹੈ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਪੰਜਾਬੀ ਭਰਾ ਪੰਜਾਬੀ ਮੀਡੀਆ ਉਹ ਇਸ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਅਕਾਊਂਟੇਬਲ ਰੱਖਿਆ ਜਾਵੇ ਕਿ ਤੁਸੀਂ ਕਿਹਾ ਸੀ ਤੁਸੀਂ ਕੀਤਾ ਕਿ ਨਹੀਂ ਕੀਤਾ ਕਾਹਨੂੰ ਭਾਅ ਜੀ ਕਿਹੜੀ ਪਾਰਟੀ ਦੀ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਕਿ ਜਿਹੜੀ ਕਿ ਅਕਾਲੀ ਦਲ ਆਪਣੇ ਵਾਅਦਿਆਂ ਤੇ ਪੂਰਾ ਉਤਰਿਆ ਵੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਨਹੀਂ ਉਤਰੇ ਉਹ ਤਾਂ ਮਾੜੇ ਹੈਗੇ ਪਰ ਇਹ ਸਾਨੂੰ ਇਹ ਕਿਸੇ ਨੂੰ ਵੀ ਹੱਥ ਨਹੀਂ ਬੰਦਾ ਤੇ ਦੂਜਾ ਬੰਦਾ ਗਲਤ ਹੈ ਅਸੀਂ ਗਲਤ ਹੋ ਜੀਏ ਮੈਨੂੰ ਬੜੀ ਉਮੀਦ ਸੀ ਸਿੱਖਵੀਰ ਤੋਂ ਜੀ ਵੀ ਅਮਰੀਕਾ ਪੜ੍ਹ ਕੇ ਗਿਆ ਡਿਪਟੀ ਸੀ ਐਮ ਆ ਗਿਆ ਪ੍ਰਧਾਨ ਬਣ ਗਏ ਵੀ ਹੀ ਵੁੱਡ ਟੇਕ ਡਰੈਸਟਿਕ ਸਟੈਪਸ ਇੱਕ ਤਾਂ ਹੁੰਦਾ ਨਾ ਇੱਕ ਤਾਂ ਖੂਹ ਦਾ ਡੱਡੂ ਹੁੰਦਾ ਬੰਦਾ ਇੱਕ ਟ੍ਰੈਡੀਸ਼ਨਲ ਚੀਜ਼ ਚੱਲੀ ਹੁੰਦੀ ਆ ਉਹਨੇ ਕਦੇ ਦੇਖੀ ਨਹੀਂ ਹੁੰਦੀ ਉਹ ਬਦਲ ਨਹੀਂ ਸਕਦਾ ਪਰ ਜਿਸ ਬੰਦੇ ਨੇ ਦੇਖਿਆ ਪਰ ਅਨਫੋਰਚੁਨੇਟਲੀ ਉਹ ਫਿਰ ਦੁਬਾਰਾ ਜਾ ਕੇ ਉਸੇ ਟ੍ਰੈਡੀਸ਼ਨਲ ਪੋਲਿਟਿਕਸ ਦੇ ਵਿੱਚ ਵੜ ਗਏ ਮੇ ਬੀ ਦਿਸ ਇਜ਼ ਅ ਬਲੈਸਿੰਗ ਇਨ ਡਿਸਗਾਈਜ਼ ਫੋਰ ਹਿਮ ਕਿ ਸ਼ਾਇਦ ਅਗਲੇ 4-5 ਸਾਲਾਂ ਦੇ ਵਿੱਚ ਤੁਹਾਡੀ ਆਪੋਜੀਸ਼ਨ ਨੂੰ ਦੇਖ ਕੇ ਤੁਹਾਡੀ ਸਰਕਾਰ ਦੇ ਕੰਮ ਦੇਖ ਕੇ ਦੇਖੋ ਜੇ ਤੁਸੀਂ ਵੀਆਈਪੀ ਕਲਚਰ ਦੀ ਗੱਲ ਕਰ ਰਹੇ ਹੋ ਵੀਆਈਪੀ ਕਲਚਰ ਖਤਮ ਕਰਨ ਦਾ ਸ਼ੁਰੂਆਤ ਕਿੱਥੋਂ ਹੋਈ ਵੀਆਈਪੀ ਕਲਚਰ ਪਹਿਲਾਂ ਕਿ ਸਭ ਲੰਬੀਆਂ ਕਾਰਾਂ ਵੱਡੀ ਵੱਡੀ ਲਾਈਟਸ
ਸੋਸ਼ਲ ਸਕਿਉਰਿਟੀ ਵਾਲੇ ਜਾਂਦੇ ਸੀ, ਕਿੱਥੋਂ ਸਟਾਰਟ ਹੋਈ ਬੀਜੇਪੀ? ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਅਤੇ ਠੀਕ ਹੈ, ਆਮ ਆਦਮੀ ਪਾਰਟੀ ਇਸ ਵੇਲੇ ਸੈਕਿੰਡ ਪੁਜੀਸ਼ਨ 'ਤੇ ਆਈ ਹੈ, ਦੇ ਆਰ ਇਨ ਅਪੋਜੀਸ਼ਨ, ਬਟ ਜੋ ਉਹਨਾਂ ਦਾ ਇੱਕ ਥੋਟ ਸੀਗਾ ਜਾਂ ਉਹਨਾਂ ਦਾ ਜੋ ਉਹਨਾਂ ਦਾ ਇੱਕ ਪ੍ਰੋਸੈਸ ਸੀਗਾ ਉਹਨੂੰ ਇੰਪਲੀਮੈਂਟ ਕਰ ਰਹੇ ਹੈ ਕਾਂਗਰਸ। ਵੀ ਵਾਂਟ ਦੈਮ ਕਿ ਕਰ ਲਓ ਉਸਨੂੰ, ਕਿਉਂਕਿ ਸਾਨੂੰ ਚਾਹੀਦਾ ਪੰਜਾਬ ਨੂੰ ਇੱਕ ਰੋਲ ਮਾਡਲ ਬਣਾਉਣ, ਇਹ ਅਸ਼ਰ ਬਣਾਉਣਗੇ ਵੀ, ਬਿਕੋਜ਼ ਉਹਨਾਂ ਦਾ ਇਹ ਨਹੀਂ ਕਿ ਪੰਜਾਬ ਨਾਲ ਜ਼ਿਆਦਾ ਲਗਾਓ ਹੈ, ਉਹਨਾਂ ਨੂੰ ਦਿਖਦਾ ਕਿ 2019 ਦੇ ਇਲੈਕਸ਼ਨ ਆ ਰਹੇ ਨੇ, ਆਲ ਓਵਰ ਕਾਂਗਰਸ ਦਾ ਬੜਾ ਹਾਸ ਹੈ, ਦੇਸ਼ ਦੇ ਨਾਲ ਕੁਝ ਕਰਨਾ ਹੀ ਪਏਗਾ ਤਾਂ ਜੋ 2019 ਦੇ ਇਲੈਕਸ਼ਨ ਜਿੱਤ ਸਕੀ। ਆਮ ਆਦਮੀ ਪਾਰਟੀ ਵੀ ਸਟੇਟ ਇਸੇ ਕਰਕੇ ਚਾਹੁੰਦੀ ਸੀ ਕਿ ਵੀ ਸਾਨੂੰ ਫੁੱਲ ਸਟੇਟ ਮਿਲੇ, ਸਾਡਾ ਪੂਰਾ ਫੁੱਲ ਸਟੇਟ ਬਣੇ। ਸੋ ਵੀ ਆਰ ਲੱਕੀ ਕਿ ਸਾਨੂੰ ਪੰਜਾਬ ਨੂੰ ਇਸ ਸਿਚੁਏਸ਼ਨ ਵਿੱਚ ਅਸੀਂ ਆ ਕੇ ਸਾਨੂੰ ਇੰਪਰੂਵਮੈਂਟ ਮਿਲੇਗੀ, ਬਹੁਤ ਸ਼ਾਇਦ ਹੀ ਚੰਗੀਆਂ ਪੁਜੀਸ਼ਨ, ਚੰਗੇ ਪ੍ਰੋਜੈਕਟਸ ਕੁਝ ਮਿਲ ਸਕਦੇ ਹੈ ਇਸੇ ਮੁੱਦੇ ਨੂੰ ਦੇਖਦੇ ਹੋਏ, 2019 ਦੇ ਵੋਟਸ ਨੂੰ ਮੱਦੇਨਜ਼ਰ ਰੱਖ। ਸਨ ਸਾਹਿਬ, ਤੁਸੀਂ ਮੇਰੇ ਤੋਂ ਵੱਡੇ ਹੋ ਬਹੁਤ, ਤੁਸੀਂ ਹਿਸਟਰੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਜ਼ ਨੇ ਜਿਹੜੀਆਂ ਕਿ ਜਿਹੜੇ ਪੁਰਾਣੇ ਲੀਡਰ ਜੋਤੀ ਬਾਸੂ, ਹਰਕ੍ਰਿਸ਼ਨ ਸਿੰਘ ਸੁਜੀ, ਉਹ ਜਿਹੜੇ ਸੀਗੇ, ਦੋਜ਼ ਪੀਪਲ ਡਿਡ ਦੋਜ਼ ਥਿੰਗਸ, ਉਹਨਾਂ ਨੇ ਕੋਈ ਲੰਮੀਆਂ ਕਾਰਾਂ ਨਹੀਂ ਰੱਖੀਆਂ, ਦੇ ਡਿਡਨਟ ਹੈਵ ਅ ਵੀ ਆਈ ਪੀ ਕਲਚਰ, ਦੋਜ਼ ਪੀਪਲ ਇਸਟੈਬਲਿਸ਼ਡ, ਉਹਨਾਂ ਨੇ ਉਹ ਸਾਰਾ ਕੁਛ ਕੀਤਾ ਉਹਨਾਂ ਗਰੀਬ ਲੋਕਾਂ ਨੇ। ਕਲਕੱਤੇ ਵਰਗਾ ਸ਼ਹਿਰ, ਮੇਰਾ ਜਨਮ ਕਲਕੱਤੇ ਦਾ, ਅਤੇ ਉਹੋ ਜਿਹੇ ਸ਼ਹਿਰ ਵੈਸਟ ਬੰਗਾਲ ਵਰਗੇ ਸ਼ਹਿਰਾਂ 'ਚ, ਸਟੇਟਾਂ 'ਚ ਉਹਨਾਂ ਨੇ ਇਸਟੈਬਲਿਸ਼ ਕੀਤਾ। ਦੇਖੋ, ਜਿਹੜੀ ਲਾਲ ਬੱਤੀ ਕਲਚਰ ਹੈ ਉਹਨੂੰ ਖਤਮ ਕਰਨਾ ਚੰਗੀ ਗੱਲ ਹੈ, ਪਰ ਇਹ ਸਿੰਬੋਲਿਕ ਹੈ। ਦੇਖੋ, ਜਿਹੜੇ 12-13 ਹਜ਼ਾਰ ਪਿੰਡ ਨੇ ਪੰਜਾਬ ਦੇ, ਉਹਨਾਂ ਦੀ ਡਿਵੈਲਪਮੈਂਟ 'ਤੇ ਜ਼ੋਰ ਹੋਣਾ ਚਾਹੀਦਾ, ਉੱਥੇ ਐਜੂਕੇਸ਼ਨ, ਉੱਥੇ ਰੋਡਸ, ਉੱਥੇ ਹੈਲਥ ਕੇਅਰ। ਜਿਵੇਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਬਣੇ ਨੇ, ਹੁਣ 107 ਮੁਹੱਲਾ ਕਲੀਨਿਕ ਦਿੱਲੀ 'ਚ ਬਣ ਚੁੱਕੇ ਨੇ। ਅਸੀਂ ਪੰਜਾਬ 'ਚ ਹਰ ਪਿੰਡ ਦੇ ਵਿੱਚ ਮੁਹੱਲਾ, ਪਿੰਡ ਦਾ ਕਲੀਨਿਕ ਕਿਉਂ ਨਹੀਂ ਬਣਾ ਸਕਦੇ? ਪਰ ਜੋ ਚੀਜ਼ ਹੈ ਉੱਥੇ ਪੰਜਾਬ ਵਿੱਚ ਕੋਈ ਦਿਖਾਉਂਦਾ ਕੋਈ ਨਹੀਂ ਹੈ, ਅਤੇ ਉਹਦੇ 'ਚ ਰੀਜ਼ਨ ਇਹ ਹੈ ਵੀ ਇਹ ਜੀ ਗੱਲ ਨਹੀਂ, ਉੱਥੇ ਫੰਡਸ ਹੈ ਨਹੀਂ ਗਏ, ਉਹ ਸਾਰੇ ਫੰਡ ਸਾਈਫਨ ਹੋ ਜਾਂਦੇ ਨੇ। ਦੇਖੋ, ਨੀਅਤ ਨਹੀਂ ਹੈ। ਜਿਹੜੀਆਂ ਰੋਡਸ ਨੇ, ਉਹ ਰੋਡ ਸਾਰੀਆਂ ਬਲਿੰਕ ਰੋਡਸ ਬਣਦੀਆਂ ਨੇ, ਪਰ ਵਿਦ ਇਨ 1-2 ਈਅਰਸ ਉਹ ਖਤਮ ਹੋ ਗਏ, ਟੁੱਟ ਜਾਂਦੀਆਂ ਨੇ। ਸੋ ਨੀਅਤ ਦੀ ਪ੍ਰੋਬਲਮ ਹੈਗੀ ਆ, ਇਹ ਨਹੀਂ ਵੀ ਉਹ ਡਿਵੈਲਪਮੈਂਟ ਨਹੀਂ ਕਰਦੇ। ਪੈਸੇ ਆਉਂਦੇ ਨੇ, ਸੈਂਟਰ ਤੋਂ ਆਉਂਦੇ ਨੇ, ਪੰਜਾਬ ਗਵਰਨਮੈਂਟ ਦੇ ਪੈਸੇ ਨੇ, ਪਰ ਪ੍ਰੋਬਲਮ ਨੀਅਤ ਦੀ ਆ ਵੀ ਉਹ ਠੀਕ ਤਰ੍ਹਾਂ ਲੱਗਦੀ ਨਹੀਂ ਹੈਗੀ। ਇੱਥੇ ਜਿਹੜੀ ਇੱਕ ਸੜਕ ਹੈ ਅਮਰੀਕਾ 'ਚ 20-25 ਸਾਲ ਚੱਲਦੀ ਹੈ ਮਿਨੀਮਮ, ਅਤੇ ਉੱਥੇ 2 ਸਾਲ ਚੱਲਦੀ ਹੈ। ਤੁਹਾਡਾ ਫਾਈਨੈਂਸ ਮਿਨਿਸਟਰ ਜਾਂਦਾ, ਅੱਗੇ ਪੁਲਿਸ ਮੁਲਾਜ਼ਮ ਰਿਸ਼ਵਤ ਲੈ ਰਿਹਾ, ਉਹਨੂੰ ਇਹ ਨਹੀਂ ਪਤਾ ਕਿਉਂਕਿ ਉਹ ਆਦੀ ਹੈ ਬੱਤੀ ਦੇਖਣ ਦਾ, ਬੱਤੀ ਨਹੀਂ ਲੱਗੀ ਉਹ ਫੜਿਆ ਜਾਂਦਾ। ਦੋ ਕਾਰਨ ਹੋ ਗਏ, ਰਾਈਟ ਦੇਅਰ ਜਿੱਤ ਹੋ ਗਈ ਕਿ ਲਾਲ ਬੱਤੀ ਅਗਰ ਨਹੀਂ ਲਾਉਂਦੇ ਤੁਹਾਨੂੰ ਯੂ ਕੈਨ ਫਾਈਂਡ ਆਊਟ ਰੂਟ, ਕਿ ਫਸਟ ਹੈਂਡ ਤੁਹਾਨੂੰ ਇਨਫੋਰਮੇਸ਼ਨ ਮਿਲਦਾ। ਸੋ ਦੇਰ ਇਜ਼ ਅ ਪਾਸ, ਬਟ ਪ੍ਰੋਬਲਮਸ ਇੰਨੀਆਂ ਨੇ, ਇੰਨੀਆਂ ਪ੍ਰੋਬਲਮਸ ਨੇ, ਮੈਂ ਮੇਰੇ ਆਪਣੇ ਦੇਸੀ ਵਿਚਾਰ ਨੇ ਕਿ ਅਗਰ ਚੰਦ ਸਟੈਪ ਵੀ ਲਏ ਜਾਣ ਅਤੇ ਉਹ ਕੰਪਲੀਟ ਲਏ ਜਾਣ ਮੌਜੂਦਾ ਸਰਕਾਰ ਤੋਂ, ਅਤੇ ਓਪੋਜੀਸ਼ਨ ਤੁਹਾਡੀ ਸਟਰੋਂਗ ਜਿਵੇਂ ਬੈਠੀ ਹੈ, ਦਿਸ ਇਜ਼ ਪ੍ਰੋਵਾਈਡਡ ਓਪਰਚੁਨਿਟੀ ਟੂ ਆਮ ਆਦਮੀ ਪਾਰਟੀ ਕਿ ਉਹ ਆਪਣਾ ਪਹਿਲਾਂ ਗੱਲਾਂ 'ਚ ਸੀ, ਹੁਣ ਪ੍ਰੈਕਟੀਕਲੀ ਜਿਹੜਾ ਸ਼ੋ ਕਰ ਸਕਦੇ ਨੇ ਆਪਣੀ ਅੱਗੇ ਸਥਿਤੀ ਬਣਾਉਣ ਨੂੰ। ਭਾਜੀ ਪਰਿੰਦਰ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਆਪਾਂ ਆਮ ਆਦਮੀ ਪਾਰਟੀ ਦੀ ਛੱਡ, ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕਾਰਜਕਾਰੀ ਦਿਖਾਈ ਹੈ, ਪਹਿਲੀ ਪਾਰਟੀ ਹੈ, ਤੁਹਾਡੀਆਂ 20 ਸੀਟਾਂ ਆਈਆਂ ਨੇ, 2 ਤੁਹਾਡੇ ਭਾਈਵਾਲ ਦੀਆਂ ਆਈਆਂ ਨੇ, ਔਰ ਕੱਲ੍ਹ ਵਾਕਆਊਟ ਹੈ ਜਿੱਥੇ ਮੈਂ ਆਉਣਾ ਚਾਹੁੰਦਾ, ਪਾਰਲੀਮੈਂਟ ਦੀ ਗੱਲ ਕਰਦੇ ਹਾਂ ਆਪਾਂ, ਵਿਧਾਨ ਸਭਾ ਦੇ ਵਿੱਚੋਂ ਵਿਧਾਨ ਸਭਾ ਦੀ ਗੱਲ ਕਰਦੇ, ਵਾਕਆਊਟ ਹੋਇਆ। ਗਵਰਨਰ ਦੇ ਭਾਸ਼ਣ ਤੋਂ ਬਾਅਦ ਇੱਕ ਤਾਂ ਉਹ ਡਿਸਕਸ ਕਰਨ ਨਹੀਂ ਦਿੱਤਾ ਗਿਆ, ਐਜੰਡੇ 'ਤੇ ਨਹੀਂ ਰੱਖਿਆ, ਔਰ ਦੂਸਰਾ ਤੁਹਾਡੀ ਪਾਰਟੀ ਅਤੇ ਤੁਹਾਡੀ ਭਾਈਵਾਲ ਪਾਰਟੀ ਜਿਹੜੀ ਲੋਕ ਇਨਸਾਫ ਪਾਰਟੀ ਹੈ, ਉਹਨਾਂ ਦੀਆਂ ਸੀਟਾਂ ਜਿਹੜੀਆਂ ਅਲੱਗ ਅਲੱਗ ਕਰਕੇ ਰੱਖੀਆਂ ਹੋਈਆਂ ਨੇ, ਇਹ ਕਿੱਡਾ ਕੁ ਵੱਡਾ ਇਸ਼ੂ ਹੈ ਕਿ ਉਹਨਾਂ ਨੂੰ ਤੁਸੀਂ ਇਕੱਠਾ ਨਹੀਂ ਕਰ ਸਕਦੇ, ਅਤੇ ਕਿੱਡਾ ਕੁ ਵੱਡਾ ਇਸ਼ੂ ਹੈ ਕਿ ਤੁਸੀਂ ਇੱਕ ਭਾਸ਼ਣ ਦੇ ਉੱਤੇ ਹੋਰ 15-20 ਅੱਧਾ 2 ਘੰਟਾ ਜੋ ਬੜਾ ਵੱਡਾ ਟੇਕ ਸੀ ਉਹ ਤੁਸੀਂ ਡਿਸਕਸ ਨਹੀਂ ਕਰ ਸਕਦੇ? ਇੱਥੇ ਜਦੋਂ ਵੀ ਕੋਈ ਲੈਕਚਰ ਹੁੰਦਾ, ਓਪੋਜੀਸ਼ਨ ਡਸ ਗੈਟ ਇਕੁਅਲ ਚਾਂਸ ਟੂ ਸਪੀਕ। ਦੇਖੋ, ਫਿਰ ਵੀ ਉਹ ਸਾਰੇ ਇੱਕੋ ਜਿਹੇ ਭਰਾ ਹੈਗੇ ਨੇ, ਵੈਸੇ ਤਾਂ ਬੈਠਣ ਤੋਂ ਉਹਨੂੰ ਇਕੱਠੇ ਚਾਹੀਦੇ ਨੇ, ਅਤੇ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਉਹਨਾਂ ਨੂੰ ਉਹ ਦੇਖਦੇ ਵੀ 2 ਪਾਰਟੀਆਂ, ਸਮਰਾ ਸਾਹਿਬ ਦੀ ਗੱਲ ਫਿਰ ਆ ਗਈ ਨਾ, ਨੀਤ ਦੇ ਗੱਲ ਆ ਗਈ, ਬੜੀ ਹੈਗੀ।
खजाना खाली कोई भी नवी सरकार आएगा सब तो पहला बुलारे बहुत तगड़े ने सुखपाल सिंह खहरा जी संजीत कि राजपाल अपने भाषण च कह रहा है खजाने च पैसा कुछ ने जिहड़ियां प्रॉपर्टीज ने सरकार दीआं बेच के गया सत्तर साल हो गए जी आजादी मिले नूं उपर जाण दी बजाय आपां थले नूं जा रहे ठीक है जी सानूं जिहड़े गोरे अपने ब्रिटिश सीगे उहनां नूं कढ़न नूं 100 साल तों उपर लग्गिआ ते हुण असीं जिहड़े काले इह अपने हुकम नाल ना उहनां नूं कढ़ना इह आम आदमी पार्टी दा साडा रेजोल्यूशन हैगा ਅਸੀਂ ਸਿਸਟਮ ਨੂੰ ਚੇਂਜ ਕਰਨਾ ਨਾ ਕਿ ਸਿਰਫ ਇਲੈਕਸ਼ਨ ਜਿੱਤ ਕੇ ਉੱਤੇ ਆਪਣੀ ਗੱਡੀ 'ਚ ਬਹਿ ਕੇ ਲਾਲ ਬੱਤੀ ਲਾ ਕੇ ਅਸੀਂ ਨਹੀਂ ਕਰਨਾ ਅਸੀਂ ਫਾਈਟ ਕਰਨਾ ਹੈਗਾ ਸਿਸਟਮ ਨੂੰ ਚੇਂਜ ਕਰਨ ਲਈ ਚਾਹੇ ਉਹ ਕਾਂਗਰਸ ਆਵੇ ਚਾਹੇ ਅਕਾਲੀ ਆਉਣ ਜੇ ਕਾਂਗਰਸ ਸਿਸਟਮ ਨੂੰ ਚੇਂਜ ਕਰਦੀ ਹੈ ਅਸੀਂ ਵੀ ਉਹ ਸਪੋਰਟ ਕਰਾਂਗੇ ਬਹੁਤ ਵੱਡੀ 4 ਸਾਲ ਪੁਰਾਣੀ ਪਾਰਟੀ ਹੈ 4 ਸਾਲ ਦੇ ਵਿੱਚ ਅਪੋਜੀਸ਼ਨ ਵਿੱਚ ਬੈਠੇ ਨੇ 22 ਬੰਦੇ ਲੈ ਕੇ ਇੱਕ ਬਹੁਤ ਬਹੁਤ ਵੱਡੀ ਗੱਲ ਹੈਗੀ ਆਪਣੇ ਆਪ 'ਚ ਬਹੁਤ ਵੱਡੀ ਜਿੱਤ ਹੈ ਪਰ ਜਿਵੇਂ ਸਰਵਾ ਸਾਹਿਬ ਨੇ ਆਖਿਆ ਭਾਜੀ ਕਾਲੋ ਕਿ ਪੰਜਾਬੀ ਦੇ ਦਿਲ 'ਚ ਇੱਕ ਖੁੰਝੇ ਜ਼ਰੂਰ ਬੈਠਾ ਯਾਰ ਕੋਈ ਵੀ ਆਵੇ ਇੱਕ ਗੱਲ ਮੇਰੇ ਦਿਮਾਗ 'ਚ ਆਉਂਦੀ ਆ 4 ਸਾਲ ਪੁਰਾਣੀ ਪਾਰਟੀ ਆ ਅਕਾਲੀ ਦਲ ਜਿਹੜਾ ਨਾ ਆਲਮੋਸਟ 100 ਈਅਰ ਹੋ ਚੱਲਿਆ ਵਾ 1920 ਤੋਂ ਲੈ ਕੇ ਹੁਣ 2020 ਦੇ ਵਿੱਚ ਅਸੀਂ ਇਹਦਾ 100 ਈਅਰ ਸਰਵਨ ਮਨਾ ਰਹੇ ਬੜੇ ਧੂਮਧਾਮ ਨਾਲ ਮਨਾ ਰਹੇ 4 ਸਾਲ ਦੇ ਵਿੱਚ ਇਹ ਕਹਿੰਦੇ ਨੇ ਵੀ ਆਈ ਨਹੀਂ ਹੋਇਆ ਅਤੇ ਆਹ ਮੱਲਾਂ ਮਾਰੀਆਂ ਪਰ ਇਹਨਾਂ ਨੇ ਜਿਹੜਾ ਵੀ ਜਿੱਤਦਾ ਉਹ ਵੱਖਰੀ ਪਾਰਟੀ ਕਿਉਂ ਬਣਾਉਂਦਾ ਅਕਾਲੀ ਦਲ ਦਾ ਕੋਈ ਬੰਦਾ ਆਇਆ ਉਹਨੇ ਵੱਖਰੀ ਪਾਰਟੀ ਹਜੇ ਤੱਕ ਨਹੀਂ ਬਣਾਈ ਨਾ ਅੱਜ ਤੱਕ ਵੀ ਉਹਨਾਂ ਨੇ ਕੀਤਾ ਵੀ ਸਾਨੂੰ ਸੀਟ ਨਹੀਂ ਮਿਲੀ ਜੇ ਸੀਟ ਕੇ ਮਿਲ ਗਈ ਆ ਗੱਲ ਆ ਜੇ ਨਹੀਂ ਮਿਲਿਆ ਇਹ ਥੋੜ੍ਹਾ ਵੀ ਆ ਕੇ ਮੁੜ ਕੇ ਉਹਦੀ ਉੱਥੇ ਹੀ ਪਾਰਟੀ ਦੇ ਤੁਸੀਂ ਜਾ ਕੇ ਜੇ ਤੁਸੀਂ ਪਾਰਟੀ ਕਮਿਟਡ ਨਹੀਂ ਨਾ ਉਹ ਪਾਰਟੀ ਤੁਹਾਨੂੰ ਕੁਛ ਨਹੀਂ ਨਾ ਦਿੰਦੀ ਤਾਂ ਵੀ ਤੁਸੀਂ ਚੁੱਪ ਕਰਕੇ ਉਹਦੀ ਸੇਵਾ ਕਰੋ ਜਿਹੜੀ ਕਾਂਗਰਸ ਹੈ ਨਾ ਉਹ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਹੈ ਬਾਈ ਨੰਬਰ ਆਫ ਮੈਂਬਰਸ ਠੀਕ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਇੱਕ ਵਰਲਡ ਰੈਕਡ ਜਾਂ ਹਿਸਟਰੀ 'ਚ ਰੈਕਡ ਹੈ ਜਿਹੜਾ ਕਿ ਹਿੰਦੁਸਤਾਨ ਸਿਰਫ 2 ਵਾਰੀ ਹੋਇਆ ਜੋਤੀ ਬਾਸੂ ਤੋਂ ਬਾਅਦ ਵਿੱਚ ਜੇ ਪੰਜਾਬ ਦੇ ਵਿੱਚ ਪਹਿਲਾ ਰੈਕਡ ਹੈ ਤਾਂ ਹਿੰਦੁਸਤਾਨ ਦੇ ਵਿੱਚ ਦੂਸਰਾ ਰੈਕਡ ਹੈ ਕਿ 5 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਠੀਕ ਹੈ ਫਿਰ ਜੇ ਇਹ ਇੰਨੀਆਂ ਸਟਰੋਂਗ ਪਾਰਟੀਆਂ ਸੀ ਬੀਜੇਪੀ ਜਿਹੜੀ ਆ ਜਿਹੜੀ ਇਸ ਵੇਲੇ ਸੈਂਟਰ 'ਚ ਵੀ ਰਾਜ ਕਰ ਰਹੀ ਹੈ ਔਰ ਬਾਕੀ ਸਾਰੀਆਂ ਸੀਟਾਂ 'ਚ ਜਿੱਤੀ ਹੈ ਆਲਮੋਸਟ ਅਤੇ ਪੰਜਾਬ 'ਚ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਇਹ ਜਦੋਂ ਚੀਜ਼ਾਂ ਤੁਸੀਂ ਇਹਨਾਂ ਨੂੰ ਪਰਸਪੈਕਟਿਵ 'ਚ ਪਾਉਂਦੇ ਹੋ ਨਾ ਤਾਂ ਜਿਹੜੀ ਭਾਅ ਜੀ ਗੱਲ ਕਰ ਰਹੇ ਸੀ ਨਾ ਵੀ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਇਕੱਠੇ ਨਹੀਂ ਕਿਉਂ ਨਹੀਂ ਆਉਂਦੇ ਜਾਂ ਪਹਿਲਾਂ ਜਿਹੜੀਆਂ ਜਿੱਦਾਂ ਤੁਸੀਂ ਗੱਲ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਮਾਨ ਵੀ ਆਇਆ ਜਾਂ ਹੋਰ ਪਾਰਟੀਆਂ ਉਹ ਉੱਗ ਨਹੀਂ ਸਕੀਆਂ ਕਿਉਂ ਕਿਉਂਕਿ ਜਦੋਂ ਇਹ ਜਿਹੜੇ ਪੰਜਾਬੀ 'ਚ ਕਹਿ ਲਓ ਕਿ ਜਦੋਂ ਇੱਕ ਸ਼ਹਿਰ ਦੇ ਵਿੱਚ 2 ਵੱਡੇ ਲੀਡਰ ਹੋਣ ਜਾਂ ਇੱਕ ਕਾਲਜ 2 ਵੱਡੇ ਬਦਮਾਸ਼ ਹੋਣ ਨਾ ਉਹ ਤੀਸਰੇ ਨੂੰ ਨਹੀਂ ਆਉਣ ਦੇਣਾ ਚਾਹੁੰਦੇ ਸੋ ਕਿਤੇ ਨਾ ਕਿਤੇ ਇਹ ਵੇਖਣ ਨੂੰ ਮਿਲਦਾ ਹੈ ਕਿ ਇਹ ਆਪੋ ਦੇ ਵਿੱਚ ਰਲ ਕੇ ਇਹ ਕੋਸ਼ਿਸ਼ ਕਰਨਗੇ ਜਾਂ ਕਰ ਰਹੇ ਆ ਵੀ ਜਿਹੜੀ ਤੀਸਰੀ ਧਿਰ ਆ ਜਿਹੜੀ ਸਾਨੂੰ ਅਕਾਊਂਟੇਬਲ ਕਹੇਗੀ ਉਹ ਨਾ ਜਿਹੜੀ ਅੱਗੇ ਆ ਸਕੇ ਸੋ ਇਹ ਜਿਹੜੇ ਵਰਤਾਰੇ ਤੁਹਾਨੂੰ ਵੇਖਣ ਨੂੰ ਮਿਲਣਗੇ ਕੁਰਸੀਆਂ ਨਹੀਂ ਮਿਲਣੀਆਂ ਕਿਸੇ ਨੂੰ ਬੇਇੱਜ਼ਤ ਕਰਨਾ ਕਿਸੇ ਨੂੰ ਵੱਖਰਾ ਵੱਖਰਾ ਪਾਰ ਕੇ ਰੱਖਣਾ ਜਾਂ ਉਹਨਾਂ ਨੂੰ ਬੋਲਣ ਨਹੀਂ ਦੇਣਾ ਇਹ ਇੱਕ ਸਟੈਂਡਰਡ ਪੋਲੀਟਿਕਸ ਜਾਂ ਰਿਪਰੈਸ਼ਨ ਉਹ ਕਹਿੰਦਾ ਇਨ ਦੀ ਐਂਡ ਨੱਥਾ ਸਿੰਘ ਹੈ ਬੱਤਾ ਸਿੰਘ ਵਨ ਹੈ ਮੈਂ ਜਿਹੜੀ ਤੁਹਾਡੀ ਗੱਲ ਨੂੰ ਦੇ ਵਿੱਚ ਆਉਂਦਾ ਜਗਦੀਸ਼ ਭੋਲੇ ਦੀ ਗੱਲ ਕਰਦੇ ਹਾਂ ਹਾਲੇ ਕੱਲ੍ਹ ਪਰਸੋਂ ਇੱਕ ਕੇਸ ਜਲੰਧਰ ਤੋਂ ਵਰੀ ਕੀਤਾ ਹੁਣ ਇੱਥੋਂ ਲੱਗ ਜੂ ਪਤਾ ਕਿੰਨੇ ਮਿਲੇ ਹੋਏ ਨੇ ਕਿਉਂਕਿ ਭੋਲੇ ਦੇ ਨਾਲ ਬਿਕਰਮਜੀਤ ਮਜੀਠੀਆ ਦਾ ਨਾਂ ਜੁੜਿਆ ਹੋਇਆ
ਲੈਟਸ ਸੀ ਵਿਲ ਫਾਈਂਡ ਆਊਟ ਸਰ ਕਹਿਰਾ ਸਾਹਿਬ ਤੁਹਾਡੀ ਸਰਕਾਰ ਕਿੰਨੀ ਕਾਂਗਰਸ ਕਿੰਨੀ ਸੱਚੇ ਮਨ ਦੇ ਨਾਲ ਖੜਦੀ ਹੈ ਕੀ ਉਹ ਆਉਣ ਵਾਲੇ ਸਮੇਂ 'ਚ ਹਾਈ ਕੋਰਟ 'ਚ ਅਪੀਲ ਲਾਉਂਦੇ ਨੇ ਐਕੁਇਟਲ ਦੇ ਖਿਲਾਫ਼ ਕਿ ਨਹੀਂ ਇਹ ਵੀ ਇੱਕ ਛੋਟਾ ਜਿਹਾ ਲਿਟਮਸ ਟੈਸਟ ਹੋਏਗਾ ਸਰਕਾਰ ਦੇ ਲਈ ਕਿ ਕੀ ਉਹ ਅੱਗੇ ਜਾ ਕੇ ਅਪੀਲ ਕਰਦੇ ਨੇ ਵੀ ਇਹ ਗਲਤ ਕਨਵਿਕਸ਼ਨ ਹੋਈ ਹੈ ਕਿ ਕੀ ਉਹ ਚਾਹੁੰਦੇ ਨੇ ਕਿ ਇਹ ਵੀ ਕੇਸ ਰਫਾ ਦਵਾ ਹੋ ਕੇ ਬਿਕਰਮਜੀਤ ਮਜੀਠੀਆ ਦਾ ਫ੍ਰੀ ਚੱਲ ਜਾਏ ਉਹਨੇ ਕਹਿਤਾ ਆਪਣੇ ਮਾਨ ਕੈਪਟਨ ਸਾਹਿਬ ਨੇ ਪਹਿਲੇ ਆਉਣ ਸਾਰੀ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਪੋਲੀਟਿਕਸ ਕਰਨੀ ਹੈ ਪਰ ਬਦਲਾ ਪੋਲੀਟਿਕਸ ਨਹੀਂ ਕਰਨੀ ਮਾਨ ਸਾਹਿਬ ਤੁਹਾਡੀ ਵੇਖੋ ਐਕਸਪੀਰੀਅੰਸ ਤੁਸੀਂ ਵੱਡੇ ਭਰਾ ਮੇਰੇ ਨਾਲ ਬਹੁਤ ਜ਼ਿਆਦਾ ਪੋਲੀਟੀਕਲ ਐਕਸਪੀਰੀਅੰਸ ਵੀ ਅਤੇ ਦੁਨੀਆ ਦਾ ਐਕਸਪੀਰੀਅੰਸ ਵੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਅਤੇ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਇੱਕ ਨਾਰਾ ਸਾਰੇ ਜ਼ਰੂਰ ਮਾਰਦੇ ਵੀ ਪੰਜਾਬ ਨਾਲ ਮਤਰਾਈ ਮਾਮਲਾ ਸਲੂਕ ਹੁੰਦਾ ਰਾਈਟ ਅਤੇ ਉਸ ਦੇ ਬਾਵਜੂਦ ਵੀ ਜੇ ਅਸੀਂ ਇਹ ਭਰਮ ਪਾਲ ਕੇ ਬੈਠੇ ਹਾਂ ਵੀ ਪੰਜਾਬ 'ਚ ਡਰੱਗ ਜਿਹੜੀ ਉਹ ਖਤਮ ਕੀਤੀ ਜਾਊਗੀ ਤਾਂ ਅਸੀਂ ਬਹੁਤ ਦੂਰ ਬੈਠੇ ਹਾਂ ਬਹੁਤੀ ਦੂਰ ਨਾ ਜਾਈਏ ਅਤੇ ਪਿਛਲੇ ਸਾਲ ਦੀ ਵੇਖ ਲਈਏ ਜਿਹੜੇ ਡਰੱਗ ਦੇ ਨਾਲ ਰਿਲੇਟਡ ਪੋਲੀਟੀਸ਼ੀਅਨ ਨੇ ਉਹਨਾਂ ਤਾਂ ਹਿੰਦੁਸਤਾਨ ਦੀ ਸਿਕਿਉਰਿਟੀ ਦੀ ਪਰਵਾਹ ਨਹੀਂ ਕੀਤੀ ਸਰਵਿੰਦਰ ਸਿੰਘ ਐਸ ਪੀ ਕਿੱਥੇ ਹੈ ਠੀਕ ਹੈ ਉਹ ਜਿਹੜੇ ਬੰਦੇ ਤੁਹਾਡੇ ਅਟੈਕ ਹੋਇਆ ਤੁਹਾਡੇ ਬੰਦੇ ਮਰੇ ਆ ਆਰਮੀ ਦੇ ਬੰਦੇ ਮਰੇ ਹੋਣ 'ਤੇ ਕੋਈ ਐਕਸ਼ਨ ਨਾ ਹੋਵੇ ਅਤੇ ਬੰਦੇ ਦਾ ਫ੍ਰੀ ਤੋਂ ਰਹਿ ਇਨਕੁਆਇਰੀ 'ਚੋਂ ਕੁਛ ਨਾ ਨਿਕਲੇ ਰਾਈਟ ਉਹ ਕਿਤੇ ਨਾ ਕਿਤੇ ਤਾਰਾਂ ਬੜੀ ਦੂਰ ਤੱਕ ਜਾਂਦੀਆਂ ਨੇ ਤੁਸੀਂ ਪੰਜਾਬ ਦੇ ਭੋਲੇ ਹੋਣੀ ਤਾਂ ਬਹੁਤ ਛੋਟੇ ਨੇ ਭੋਲਾ ਡੀ ਐਸ ਪੀ ਆ ਮੈਂ ਇੱਕ ਐਸ ਪੀ ਦੀ ਗੱਲ ਕਰ ਰਿਹਾ ਤੁਸੀਂ ਪੰਜਾਬ ਦੇ ਜਾਂ ਨਸ਼ਿਆਂ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਦੀ ਸਿਕਿਉਰਿਟੀ ਦੀ ਗੱਲ ਕਰ ਰਿਹਾ ਜਿਹਦੇ ਬੇਸ ਦੇ ਉੱਤੇ ਬੀਜੇਪੀ ਸਰਕਾਰਾਂ ਬਣਾ ਰਹੀ ਹੈ ਸੈਂਟਰ ਦੀ ਸਰਕਾਰ ਵੀ ਔਰ ਸਟੇਟਾਂ ਦੀ ਸਰਕਾਰ ਵੀ ਉਦੋਂ ਤੁਹਾਨੂੰ ਯਾਦ ਹੋਵੇ ਪਿਛਲੀ ਗੁਜਰਾਤ ਦੀ ਇਲੈਕਸ਼ਨ ਜਦੋਂ ਨਰਿੰਦਰ ਮੋਦੀ ਸੀ ਐਮ ਜਿੱਤੇ ਸੀਗੇ ਰਾਈਟ ਮਨਮੋਹਨ ਸਿੰਘ ਪੀ ਐਮ ਸੀਗੇ ਉਹਨਾਂ ਨੇ ਕਦੇ ਵੀ ਕਾਂਗਰਸ ਦਾ ਨਾਂ ਨਹੀਂ ਲਿਆ ਉਹ ਇਹ ਕਹਿੰਦਾ ਸੀ ਕਿ ਮੈਂ ਗੁਜਰਾਤ ਦਾ ਸੀ ਐਮ ਮੈਂ ਪਰਵੇਜ਼ ਮੁਸ਼ਰਫ ਦੇ ਨਾਲ ਟੱਕਰ ਲਵਾਂਗਾ ਠੀਕ ਹੈ ਉਹ ਮੀਆਂ ਮੀਆਂ ਕਰਕੇ ਇਹੀ ਗੱਲ ਕਰਦੇ ਸੀਗੇ ਉਹ ਹਰ ਇੱਕ ਚੀਜ਼ ਨੂੰ ਹਿੰਦੁਸਤਾਨ ਦੀ ਸਿਕਿਉਰਿਟੀ ਨਾਲ ਜੋੜ ਕੇ ਲੋਕਾਂ ਨੂੰ ਡਰਾ ਕੇ ਇਹ ਦੁਨੀਆ ਦਾ ਵਰਤਾਰਾ ਹੈ ਪੂਰੇ ਵਰਲਡ ਦੇ ਵਿੱਚ ਹੈ ਈਵਨ ਅਮਰੀਕਾ 'ਚ ਵੀ ਬੈਠੇ ਹਾਂ ਨਾ ਅਤੇ ਆਪਾਂ ਵੇਖੋ ਜਿਹੜਾ ਹੁਣ ਸਾਡਾ ਬਜਟ ਪ੍ਰਪੋਜ਼ ਹੋਇਆ ਸਿਕਿਉਰਿਟੀ ਦਾ ਬਜਟ ਤਾਂ ਨੂੰ ਬਾਕੀ ਸਾਰਾ ਕੁਝ ਕੱਟਿਆ ਜਾ ਰਿਹਾ ਆਲ ਓਵਰ ਦਾ ਵਰਲਡ ਦੈਟਸ ਵਾਟ ਇਟ ਇਜ਼ ਰਾਜਨੀਤੀ ਖੇਡੀ ਜਾ ਰਹੀ ਹੈ ਇੱਕ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਸਟੇਟਮੈਂਟ ਆਈ ਸੀਗੀ ਉਹ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਕੋਸਟ 'ਤੇ ਜਿੱਤ ਨਹੀਂ ਦੇਣਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕਾਂਗਰਸ ਨੂੰ ਲਾਉਣਾ ਉਹਨੇ ਕਿਹਾ ਵੀ ਆਪ ਨੂੰ ਨਹੀਂ ਜਿੱਤ ਦੇਣਾ ਅਤੇ ਇਹ ਉੱਪਰੋਂ ਸਾਰੇ ਮਿਲੇ ਨੇ ਸਾਰਾ ਜਿਹੜੀ ਕਰਪਸ਼ਨ ਹੈ ਬਦਮਾਸ਼ੀ ਹੈ ਸਾਰੀ ਇਹ ਬਾਰੇ ਬਾਰੇ ਆਉਂਦੇ ਨੇ ਸਾਰੇ ਪੰਜਾਬ 'ਚ ਇਹੀ ਹੋਏ ਕਿਸੇ 70 ਸਾਲ ਠੀਕ ਹੈ ਤਾਂ ਸੋ ਆਪਾਂ ਨੂੰ ਸਿਸਟਮ ਚੇਂਜ ਕਰਨ ਦੀ ਲੋੜ ਹੈ ਚਾਚੇ ਦੀ ਜੜੀ ਗੇਮ ਕਰਦੇ ਜਿੰਨਾ ਚਿਰ ਉਹ ਸਿਸਟਮ ਚੇਂਜ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਣਾ ਉੱਥੇ ਕਾਂਗਰਸ ਤੋਂ ਸਿਰਫ ਇੱਕ ਹੀ ਸਮਰਾ ਸਾਹਿਬ ਦੋ ਆਦਮੀ ਹੋ ਸਰ ਗਿਆ ਵੀ ਜਿੱਤ ਨਹੀਂ ਜਿਹੜੇ ਗਿਆ ਸਾਹਿਬ ਇੱਕ ਇਹਦੇ ਗਿਆ ਸਾਹਿਬ ਗਿਆ ਸਾਹਿਬ ਕਾਂਗਰਸ ਤੋਂ ਇੱਕ ਬੜੀ ਉਮੀਦ ਆ ਦੋ ਆਦਮੀ ਤੋਂ ਇੱਕ ਤਾਂ ਮਨਪ੍ਰੀਤ ਸਿੰਘ ਬਾਦਲ ਤੇ ਇੱਕ ਨਵਜੋਤ ਸਿੰਘ ਇਹਨਾਂ ਦੇ ਉਮੀਦ ਲਾਈ ਬੈਠੇ ਆ ਵੀ ਸ਼ਾਇਦ ਜਿਹੜਾ ਮੈਨੀਫੈਸਟੋ ਹੈਗਾ ਕਿਸੇ ਹੱਦ ਤੱਕ ਲਾਗੂ ਕਰਨ 'ਚ ਕਾਮਯਾਬ ਹੋ ਅਤੇ ਨਾਲ ਜਿਹੜਾ ਡਰੱਗ ਮਾਫੀਆ ਸੀ ਉਹ ਅਤੇ ਜਿਹੜਾ ਕੇਬਲ ਮਾਫੀਆ ਸੀ ਉਹ ਅਤੇ ਜਿਹੜਾ ਟਰਾਂਸਪੋਰਟ ਮਾਫੀਆ ਉਹਦੇ 'ਤੇ ਕੰਟਰੋਲ ਕਰ ਸਕਦੇ ਅਤੇ ਬਾਕੀ ਤਾਂ ਬਹੁਤ ਹੀ ਜ਼ਿਆਦਾ ਉਮੀਦ ਪਰ ਜੇ ਉਹ ਦੋਨੋਂ ਕਾਮਯਾਬ ਹੋ ਜਾਂਦੇ ਨੇ ਜੀ ਤਾਂ ਪੰਜਾਬ ਨੂੰ ਜਿਹੜੀ ਗੱਡੀ ਇਸ ਟਾਈਮ ਕਹਿੰਦੇ ਰੇਤੇ 'ਚ ਗੱਡੀ ਬੁਰੀ ਤਰ੍ਹਾਂ ਉਹਨੂੰ ਤੋੜ ਲੈਂਦੇ ਨੇ ਤਾਂ ਹੂ ਸੇਵਰ ਕਮਜ਼ ਆਫਟਰ 5 ਈਅਰਸ ਦੇ ਲੈਵ ਆ ਮੱਚ ਈਜ਼ੀਅਰ ਟੈਸਟ ਕਿ ਉਹਨੂੰ ਅੱਗੇ ਪਹੁੰਚਾਉਣ ਦੇ ਵਿੱਚ ਅੱਜ ਦਾ ਜਿਹੜਾ ਇਹ ਇਹ ਵਿਸ਼ਾ ਸਾਡਾ ਇਸੇ ਚੀਜ਼ 'ਤੇ ਹੈ ਔਰ ਮੈਂ ਜੇ ਤੁਹਾਡੇ ਸਾਰਿਆਂ ਵੱਲੋਂ ਨਿਚੋੜ ਕੱਢ ਦੇਵਾਂ ਕਿ ਹਕੀਕਤ ਪੰਜਾਬ ਦੀ ਇਹ ਹੈ ਕਿ ਹਾਲਾਤ ਬਹੁਤ ਮਾੜੇ ਨੇ ਬਿਮਾਰੀ ਕੈਂਸਰ ਦੀ ਲਾਸਟ ਸਟੇਜ 'ਤੇ ਪਹੁੰਚੀ ਵੀ ਹੈ ਬਠਿੰਡੋ ਟ੍ਰੇਨ ਚੱਲਦੇ ਜੀ ਕੈਂਸਰ ਵਾਸਤੇ ਮੈਂ ਉਹਦੀ ਗੱਲ ਹੈ ਪਰ ਹਰੇਕ ਖੇਤਰ ਦੇ ਵਿੱਚ ਹੀ ਹਾਲਾਤ ਜਦੋਂ ਤੁਸੀਂ ਇਹ ਦੇਖੋ ਪਿਛਲੇ ਸਾਲ ਦਾ 2 ਸਾਲ ਪਹਿਲਾਂ ਜਿਹੜੇ ਆਪਣੇ ਸੀਗੇ ਜੇਲ੍ਹਾਂ ਦੇ ਡੀ ਜੀ ਪੀ ਸ਼ਸ਼ੀ ਕਾਂਤ ਫਿਰ ਮੈਨ ਆਫ ਸੱਚ ਅ ਹਾਈ ਰੈਂਕ ਹੈਜ਼ ਟੂ ਗੋ ਟੂ ਹਾਈ ਕੋਰਟ ਸੇ ਕਿ ਬੰਦੇ 3-4 ਆ ਕੇ ਮੈਨੂੰ ਘਰ ਪੈ ਗਏ ਮੇਰੇ ਘਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਤੇ ਉਹ ਸਿਕਿਉਰਿਟੀ ਮੰਗ ਰਿਹਾ ਅਤੇ ਆਮ ਬੰਦੇ ਦਾ ਕੀ ਹਾਲਤ ਹੋ ਗਿਆ ਸੋ ਇਸ ਗੱਲੋਂ ਡੋਂਟ ਟੇਕ ਇਟ ਬੈਕ ਦੈਨ ਸਾਹਿਬ ਹਾਲਾਤ ਪਹੁੰਚ ਚੁੱਕੇ ਨੇ ਔਰ ਇਹ ਨਹੀਂ ਕਿ ਇਕੱਲੇ ਤੁਹਾਡੇ ਕਰਕੇ ਪਹੁੰਚੇ ਨੇ ਇਹ ਪੁਰਾਣੀ ਚੱਲਦੀ ਆਈ ਬਿਮਾਰੀ ਅੱਜ ਇੱਥੇ ਪਹੁੰਚੀ ਹੈ ਠੀਕ ਹੈ ਜੀ ਇੱਕ ਪਾਰਟੀ ਨੂੰ ਬਲੇਮ ਨਹੀਂ ਅਸੀਂ ਕਰ ਸਕਦੇ ਵੇਖੋ ਹਾਲਾਤ ਭਾਵੇਂ ਜਿੰਨੇ ਮਰਜ਼ੀ ਉਬਾੜੇ ਹੋਇਆ ਸਰਕਾਰ ਬਣੀ ਨੂੰ 3 ਦਿਨ ਹੋਏ ਵਿਦ ਇਨ 3 ਡੇਜ਼ 2 ਬੰਦੇ ਜਿਹੜੇ ਟਰੱਕ ਯੂਨੀਅਨ ਦੇ ਪ੍ਰੈਜ਼ੀਡੈਂਟ ਅਤੇ ਉਹਦਾ ਬੇਟਾ ਸ਼ਾਇਦ ਉੱਥੇ ਆਫਿਸ ਦੇ ਵਿੱਚ ਮਾਰ ਦਿੱਤੇ ਗਏ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਇੱਕ ਇਨਸਾਨ ਜਿਹਦੀ ਕਿ ਬਹੁਤ ਜ਼ਿਆਦਾ ਇੱਜ਼ਤ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹਨੇ ਨੇ ਧਰਮਯੁੱਧ ਮੋਰਚੇ ਦੇ ਵਿੱਚ ਜੇਲ੍ਹਾਂ ਕੱਟੀਆਂ ਨੇ 80 ਸਾਲ ਤੋਂ ਉੱਪਰ ਦਾ ਜੀ ਜਿਨ੍ਹਾਂ ਨੇ
ਸਰਦਾਰ ਉਜਾਗਰ ਸਿੰਘ ਸੇਖਵਾਂ ਸਿੰਘ ਬਾਦਲ ਦੇ ਨਾਲ ਜੇ ਕੱਟੇ ਉਸ ਇਨਸਾਨ ਨੂੰ ਪੱਠੇ ਲੈਣ ਗਏ ਨੂੰ ਖੇਤਾਂ ਦੇ ਵਿੱਚੋਂ ਵਾਪਸ ਆਉਂਦਿਆਂ ਹੋਇਆ ਇੱਕ ਕਾਂਗਰਸੀ ਲੀਡਰ ਪਿੰਡ ਦੇ ਵਿੱਚ ਲਾਊਡ ਸਪੀਕਰ ਲਾ ਕੇ ਮਾਰ ਦਿੰਦਾ। ਬਦਲਾਖੋਰੀ ਦੀ ਨੀਤੀ ਖਤਮ ਹੋਣੀ ਚਾਹੀਦੀ ਹੈ ਭਾਵੇਂ ਕੋਈ ਵੀ ਪਾਰਟੀ ਅੱਗੇ ਆਉਂਦੀ ਹੈ। ਇਹ ਮਤ ਸੋਚੀਏ ਆਪਾਂ ਕਿ ਜੇ ਅੱਜ ਅਕਾਲੀ ਦਲ ਨਹੀਂ ਆ ਅਤੇ ਕਾਂਗਰਸ ਆ ਗਈ ਆ ਅਤੇ ਉਹਦੇ ਨਾਲ ਸਾਰਾ ਕੁਝ ਠੀਕ ਹੋ ਜਾਣਾ। ਸਾਨੂੰ ਅੱਖਾਂ ਖੋਲ੍ਹ ਕੇ ਰੱਖਣੀਆਂ ਪੈਣੀਆਂ, ਜਿਹੜੇ ਜਿਹੜੀ ਪਾਰਟੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਆਪਣੇ ਲੀਡਰ ਨੂੰ ਖਿੱਚ ਕੇ ਰੱਖੋ। ਔਰ ਮੈਂ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਇਹ ਜਿਹੜੇ ਚੋਣ ਮੈਨੀਫੈਸਟੋ ਹੈ ਇਹਨੂੰ ਕਿਸ ਤਰ੍ਹਾਂ ਅਸੀਂ ਫੋਲੋ ਕਰ ਸਕਦੇ ਹਾਂ, ਕਿਸ ਤਰ੍ਹਾਂ ਮੇਕਸ਼ੋਰ ਕਰ ਸਕਦੇ ਹਾਂ ਕਿ ਇਹਨੂੰ ਇੰਪਲੀਮੈਂਟ ਕੀਤਾ ਜਾਵੇ। ਅਤੇ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਹੈ ਉਹਨਾਂ ਨੇ ਜਿੰਨਾ ਚੋਣ ਮੈਨੀਫੈਸਟੋ ਸੀ ਉਹਦੀ ਇੱਕ ਵੈਬਸਾਈਟ ਬਣਾਈ ਹੈ ਕਿ ਅਸੀਂ 180-200 ਜਿੰਨੇ ਵੀ ਵਾਅਦੇ ਕੀਤੇ ਆ ਔਰ ਜਦੋਂ ਵੀ ਉਹ ਵਾਅਦਾ ਪੂਰਾ ਕਰਦੇ ਉਹ ਟਿੱਕ ਮਾਰਕ ਕਰਦੇ ਆ, ਡੇਟ ਪਾਉਂਦੇ ਆ ਵੀ ਆਹ ਵਾਅਦਾ ਅਸੀਂ ਪੂਰਾ ਕਰ ਦਿੱਤਾ। ਵਾਈ ਨਾਟ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਦੂਜੀਆਂ ਸਰਕਾਰਾਂ ਨੇ, ਜਾਂ ਅਸੀਂ ਕਾਂਗਰਸ ਜਾਂ ਹੋਰ ਵੀ ਜਿੱਤੇ ਵੀ ਬੈਠੇ ਹਾਂ ਵੀ ਡਿਮਾਂਡ ਕਰੀਏ ਵੀ ਜੋ ਵੀ ਚੋਣ ਮੈਨੀਫੈਸਟੋ ਹੈ ਇਹਨੂੰ ਅੱਜ ਕੱਲ੍ਹ ਸਾਰੇ ਦਿਨ ਵੈਬਸਾਈਟ ਸਾਰੇ ਜਾਂਦੇ ਆ ਵੈਬ 'ਤੇ ਪਾਓ, ਤੁਸੀਂ ਟਿੱਕ ਮਾਰਕ ਕਰੋ, ਤੁਸੀਂ 100 ਵਾਅਦੇ ਪੂਰੇ ਕੀਤੇ ਸੀ, ਤੁਸੀਂ 20 ਪੂਰੇ ਕਰਤੇ, ਦੈਟਸ ਗੁੱਡ, ਬਟ ਉਹਦੀ ਕੋਈ ਅਕਾਊਂਟੇਬਿਲਟੀ, ਉਹਦੀ ਕੋਈ ਟਾਈਮ ਲਾਈਨ, ਉਹਦੀ ਕੋਈ ਫੋਲੋਅਪ ਹੋਣੀ ਚਾਹੀਦੀ। ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਨਾ, ਜਿਹੜਾ ਮੈਨੀਫੈਸਟ ਹੁੰਦਾ ਜੇ ਨਹੀਂ ਫੋਲੋ ਕਰਦੇ ਜਿਹੜੀ ਪਾਰਟੀ ਆਉਂਦੀ ਰੂਲਰ ਪਾਰਟੀ ਆ ਉਹਨੂੰ ਜਾਂ ਭੰਗ ਕਰਨ ਜਾਂ ਉਹ 'ਤੇ ਕੋਈ ਐਕਸ਼ਨ ਲੈਣ ਉੱਤੇ। ਬਿਲਕੁਲ, ਇਹਨਾਂ ਦੇ ਅਕਾਲੀ ਦਲ ਨੇ ਪਿਛਲੀ ਵਾਰੀ 2012 ਵਿੱਚ ਕਿਹਾ ਸੀ ਸਾਰੇ ਯੂਥ ਨੂੰ ਲੈਪਟਾਪ ਦੇਵਾਂਗੇ ਅਸੀਂ, ਤੇ ਹੁਣ ਅਕਾਲੀ ਦਲ ਦੀ ਮਾਨ ਤਾਂ ਭੰਗ ਹੋਣੀ ਚਾਹੀਦੀ, ਦਿੱਤਾ ਹੈ ਨਹੀਂ ਬੇਸਿਕਲੀ, ਪਹਿਲਾਂ ਤਾਂ ਇਹਨਾਂ ਦੇ ਸ਼ੁਰੂ ਕਰੋ, ਬਾਕੀ ਫਿਰ ਕਾਂਗਰਸ ਨਾਲ ਫਿਰ ਸਾਡੀ ਸਰਕਾਰ ਹੋਊਗੀ ਤਾਂ ਤਾਂ ਹੀ ਕਹਿੰਦੇ ਵਾਧੇ ਹੁਣ ਪੂਰੇ ਕੀਤੇ ਨਾ। ਦੇਖੋ ਇੰਡਸਟਰੀ ਦਾ ਵੀ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ, ਇੰਡਸਟਰੀ ਖਤਮ ਕਰ ਦਿੱਤੀ ਗਈ ਹੈ। ਆਮ ਟਾਕਿੰਗ ਅਬਾਊਟ ਬੈਕ ਇਨ 85-86 ਗੋਬਿੰਦਗੜ੍ਹ ਅੱਛਾ ਸਟੀਲ ਸਿਟੀਜ਼ ਗਿਣਿਆ ਜਾਂਦਾ ਸੀਗਾ, ਉਦੋਂ ਤੇ ਜਾਗੋ ਕਿਸੇ ਚਿਮਨੀ ਵਿੱਚ ਧੂੰਏ ਨਹੀਂ ਨਿਕਲਦੇ। ਭੱਜੀ ਹੈਗਾ ਜ਼ਿਆਦਾ, ਉਹ ਜ਼ਿਆਦਾ ਭੱਜੀ ਆ 83 ਲਾਗੇ ਅੱਤਵਾਦ ਦਾ ਫੈਨ ਸੀ। ਨਹੀਂ ਦਿਲ ਸਾਹਿਬ ਕਹਿੰਦੇ ਤੁਸੀਂ ਬਿਲਕੁਲ ਗਲਤ ਕਹਿੰਦੇ, ਮੈਂ 86 ਤੋਂ ਲੈ ਕੇ 93 ਦੇ ਵਿੱਚ ਐਜ਼ ਏ ਸੇਲਸ ਇੰਜੀਨੀਅਰ ਟੈਕਨੀਕਲ ਹੋ ਕੇ ਰਿਹਾ। ਮੇਰਾ ਪੋਸਟਿੰਗ ਸੀਗੀ ਬਠਿੰਡਾ, ਮੈਂ ਸਾਰਾ ਪੰਜਾਬ ਕਵਰ ਕੀਤਾ, ਸ਼ੂਗਰ ਮਿਲ ਵੀ ਕਵਰ ਕੀਤੀ ਹੈ, ਗੋਬਿੰਦਗੜ੍ਹ ਵੀ ਕਵਰ ਕੀਤਾ, ਲੁਧਿਆਣਾ ਵੀ ਕਵਰ ਕੀਤਾ। ਜੋ ਹਾਲ ਇਸ ਲੁਧਿਆਣਾ, ਮੈਂ ਖੁਦ ਗਰਮ ਮਿਲਿਆ ਇਸਨੂੰ ਹੀਰੋ ਹੋਂਡਾ ਦੇ ਜਿਹੜਾ ਪ੍ਰੈਜੀਡੈਂਟ ਹੈ, ਉਸ ਵੇਲੇ ਉਹ ਕਨੈਟਿਕ ਹੋਂਡਾ ਲਾ ਰਿਹਾ ਸੀਗਾ ਦਾਰੂ ਫਿਰਾ ਹਰਿਆਣਾ ਦੇ ਵਿੱਚ। ਮੈਂ ਉਹਨੂੰ ਪੁੱਛਿਆ ਤੁਸੀਂ ਇੱਥੇ ਕਿਉਂ ਨਹੀਂ ਲਾਉਂਦੇ, ਨਹੀਂ ਕਹਿੰਦੇ ਸਾਨੂੰ ਕੋਈ ਫੈਸਿਲਿਟੀ ਨਹੀਂ ਹੈਗੀ, ਐਂਡ ਹੀ ਪੁੱਟ ਦੈਟ ਪਲਾਨ ਇਨ ਦਾਰੂ ਫਿਰਾ ਹੀਰੋ ਹੋਂਡਾ। ਉਸ ਟਾਈਮ ਦੀ ਗੱਲ ਜਿਹੜੇ ਸਾਲ ਕੁ ਪਹਿਲਾਂ ਇੱਕ ਇਹਨਾਂ ਨੇ ਸੱਦੇ ਸੀ ਸਾਰੇ ਇੰਡਸਟਰੀਅਲ ਬਾਈ, ਬਹੁਤ ਅਗਲੀ ਕਨਵੈਨਸ਼ਨ ਕੀਤੀ ਸੀ ਕੀਤੀ ਸੀਗੀ ਸਾਲ ਕੁ ਪਹਿਲਾਂ, ਮੇਰਾ ਚੇਤਾ ਹੈ ਆਏ ਸੀਗੇ ਸਾਰੇ ਚੰਡੀਗੜ੍ਹ ਕੇਜਰੀਵਾਲ ਦੀ ਫਸਟ ਡਿਵੀਜ਼ਨ ਆਈ ਆ ਬੇਸਡ ਔਨ ਉਹਨਾਂ ਦੇ ਜਿਹੜੇ ਕੰਮ ਕੀਤੇ ਨੇ, ਤੇ ਅਕਾਲੀ ਦਲ ਬੇਸਿਕਲੀ ਪੰਜਾਬ ਚ 15 ਸਾਲ ਪਹਿਲੇ ਤੁਸੀਂ ਆਪਣੇ ਕੀ ਕਹਿੰਦੇ ਨੇ ਅਕਾਲੀ ਦਲ ਬਾਦਲ ਨੂੰ ਜਿੱਤੇ ਵੀ ਜਨਰਲ ਪੂਰੇ ਜੋਸ਼ ਉਹਨਾਂ ਡਿਫੈਂਡ ਕਰ ਲਓ। ਅਫਸੋਸ ਮੈਨੂੰ ਇਹ ਹੈ ਕਿ ਸਮਾਂ ਬਹੁਤ ਹੋ ਚੁੱਕਾ ਹੈ ਆਪਣਾ ਇਹਨਾਂ ਸੈਗਮੈਂਟ ਦਾ, ਬਟ ਇਸ ਪ੍ਰੋਮਿਸ ਨਾਲ ਕਿ ਤੁਸੀਂ ਮੇਰਾ ਵਾਅਦਾ ਕਰ ਦਿਓ ਕਿ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਹੋਰ ਥੋੜ੍ਹੇ ਸਮੇਂ ਤੋਂ ਬਾਅਦ, ਕੋਈ ਮਹੀਨਾ ਦੋ ਮਹੀਨੇ ਤੋਂ ਬਾਅਦ ਆਪਾਂ ਫਿਰ ਕੰਟੀਨਿਊ ਕਰਾਂਗੇ, ਤਾਂ ਜੋ ਉਦੋਂ ਤੱਕ ਕਿਹੜੀਆਂ ਡਿਵੈਲਪਮੈਂਟਸ ਨੇ। ਅੱਜ ਸਾਨੂੰ ਪਤਾ ਕਿ ਸਾਡੀ ਬਿਮਾਰੀ ਕਿਸ ਹੱਦ ਤੱਕ ਪਹੁੰਚ ਚੁੱਕੀ ਹੈ, ਕੀ ਉਦੋਂ ਤੱਕ ਕਾਂਗਰਸ ਸਰਕਾਰ ਵੱਲੋਂ ਕੋਈ ਰੈਮਡੀਜ਼ ਆਉਂਦੀਆਂ ਨੇ ਗਰਾਊਂਡ ਲੈਵਲ ਦੇ ਉੱਤੇ, ਉਹਨੂੰ ਚਾਹੁੰਦੇ ਕੀ ਮੈਂ ਤੁਹਾਡੇ ਤੋਂ ਵਾਅਦਾ ਲੈ ਸਕਦਾ ਕਿ ਤੁਸੀਂ ਫਿਰ ਸਾਡੇ ਸਟੂਡੀਓ 'ਚ ਪ੍ਰਦਰਸ਼ਨ ਦੇ ਕੇ ਸਾਨੂੰ ਇਹ ਸਮਾਨ ਬਖਸ਼ੋਗੇ। ਸੋ ਮੈਂ ਬਹੁਤ ਰਿਣੀ ਹਾਂ ਤੁਹਾਡਾ। ਮੈਂ ਇੱਕ ਛੋਟੀ ਜਿਹੀ ਗੱਲ ਜਾਂਦੇ ਜਾਂਦੇ ਸ਼ੇਅਰ ਕਰਨੀ ਚਾਹੁੰਦਾ। ਇੱਕ ਸੋਸ਼ਲ ਮੀਡੀਆ 'ਤੇ ਕਿਸੇ ਨੇ ਕਵਿਤਾ ਪਾਈ ਸੀ ਪੰਜਾਬ ਦੀ ਮੌਤ, ਉਹ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੂੰਗਾ ਲੇਟਰ ਆਨ। ਅਗਲੇ ਅਗਲੇ 'ਚ ਕਰਦੇ ਹਾਂ ਜੀ ਆਪਾਂ, ਹੋਪਫੁਲੀ ਉਦੋਂ ਤੱਕ ਉਹ ਕੀ ਕਹਿੰਦੇ ਨੇ ਸ਼ਾਇਦ ਮੌਤ ਦੇ ਪਾਸਿਓਂ ਵਾਪਸ ਮੁੜਿਆ ਹੋਵੇ। ਇਹ ਆਪਾਂ ਕਰਦੇ ਹਾਂ ਜਿਵੇਂ ਮੈਂ ਫੇਰ ਵਿਊਜ਼ ਵੀ ਕਰ ਇਹ ਸਾਂਝੀ ਕਰਨਾ ਦੁਬਾਰਾ, ਸਾਡੀ ਜਿਹੜੀ ਇੱਥੇ ਕਮਿਊਨਿਟੀ ਹੈ ਔਰ ਜਿਹਦੇ ਇਹ ਸਿਮ ਔਰ ਸਾਡੇ ਅਪ ਫਰੰਟ 'ਤੇ ਭਰਾ ਬੈਠੇ ਨੇ, ਇੱਥੇ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ
कि जो ये साढ़े नाल साढ़े एक छोटे जिस देश से घंटे डेढ़ घंटे ड्राइव करके अज इतने पहुंचे ने थोड़ा विचार चाहता साझा किया साढ़े वालों कोई राज करे पंजाब के वास्ते पंजाबी हो साढ़े वालों कोई राज करो पर साड़ी दिली तमन्ना एको ख्वाहिश है कि थोड़े वालों सदा ठंडी हवावां तुसी हसते रहो वसते रहो जो असी पंजाब आईए थोड़े चेहरे सानू खुशी खुशहाली नजर आए सो इन्ना कहना होया नैक्सट सैगमेंट डी सी नाइट विद पॉल बाट के प्रोग्राम के पिछों थोड़ा अपना पॉल बाट आजाद चाहता सारे वालों प्यार थैंक यू फॉर वॉचिंग गुड नाइट